ਬਚਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਕਰੋ ਆਪਣੋ ਬਰ ਉਪਦੇਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੇਵ ਸ੍ਰੀ ਲੰਕਾ ਦੇ ਅੰਦਰ ਰਾਜੇ ਸ਼ਿਵਨਾਗ ਦੇ ਪਾਸ ਪਹੁੰਚੇ ਹੋਏ ਨੇ। ਕੱਲ ਗੁਰੂ ਨਾਨਕ ਸਾਹਿਬ ਦੇ ਪਰਖ ਕੀਤੇ ਪਦਮਣੀ ਜਾਤੀ ਦੀਆਂ ਇਸਤਰੀਆਂ ਭੇਜ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਕੇ ਸਤਿਗੁਰਾਂ ਦੇ ਪਾਸੋਂ ਉਪਦੇਸ਼ ਦੀ ਪੁਸ਼ਟ ਕੀਤੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਿਵਨਾਗ ਰਾਜੇ ਨੂੰ ਉਪਦੇਸ਼ ਦੇ ਰਹੇ ਹਨ। ਮਹਾਰਾਜ ਕਹਿੰਦੇ ਕਹਿਣ ਲੱਗਾ ਮਹਾਰਾਜ ਆਪਣਾ ਸ੍ਰੇਸ਼ਟ ਉਪਦੇਸ਼ ਜਿਹੜਾ ਮੈਨੂੰ ਦੇਣਾ ਕਰੋ ਜਿਸ ਕਰਕੇ ਜਿਹੜੇ ਸੰਸਾਰ ਦੇ ਜੰਮਣ ਤੇ ਮਰਨ ਦੇ ਕਲੇਸ਼ ਇਹ ਮਿਟ ਜਾਣ। ਕਿਰਤਾਰਥ ਮੇਰਾ ਜਿਹੜਾ ਸਾਰਾ ਦੇਸ਼ ਹੈ ਇਸ ਨੂੰ ਆਪ ਨਿਹਾਲ ਕਰ ਦਿਓ। ਚਰਨ ਮੈਂ ਚਤੁਰ ਪਦਾਰਥ ਆਪ ਜੀ ਦੇ ਬਚਨਾਂ ਦੇ ਅੰਦਰ ਹੀ ਚਾਰ ਪਦਾਰਥ ਨੇ ਧਰਮ ਦੀ ਪ੍ਰਾਪਤੀ ਪਦਾਰਥਾਂ ਦੀ ਪ੍ਰਾਪਤੀ ਤੇ ਇਸੇ ਤਰ੍ਹਾਂ ਕਾਮਨਾ ਦੀ ਪ੍ਰਾਪਤੀ ਮੁਕਤੀ ਦੀ ਪਦਾਰਥ ਪ੍ਰਾਪਤੀ ਇਹ ਚਾਰ ਤਰ੍ਹਾਂ ਦੇ ਪਦਾਰਥ ਆਪ ਜੀ ਦੇ ਬਚਨਾਂ ਦੇ ਵਿੱਚ ਹੀ ਹਨ। ਇਸ ਪ੍ਰਕਾਰ ਕੀ ਬੇਨਤੀ ਸੁਣ ਕੇ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਨਤੀ ਸੁਣ ਕੇ ਬੋਲੇ ਜਾਲ ਬਿਰਦਾਂ ਨਿਜ ਗੁਣ ਕਾ ਦਿਆਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਆਪਣਾ ਬਿਰਦ ਪਾਲਣ ਜਿਹੜਾ ਉਸ ਨੂੰ ਵਿਚਾਰ ਕੇ ਮਨ ਕੋ ਰੁਕ ਨਿਰਮਲ ਕਰਨਾ ਮਹਾਰਾਜ ਕਹਿੰਦੇ ਸ਼ਿਵਨਾਥ ਜਿਹੜਾ ਮਨ ਨੂੰ ਰੋਕਣਾ ਵਿਸ਼ਿਆਂ ਵੱਲੋਂ ਤੇ ਇਸ ਨੂੰ ਉੱਜਲ ਪਵਿੱਤਰ ਕਰਨਾ ਹੈ ਬਸ ਇਹੀ ਸੰਸਾਰ ਦੇ ਜੰਮਣ ਤੇ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਦਾ ਯਤਨ ਹੈ। ਮਹਾਰਾਜ ਕਹਿੰਦੇ ਇਸ ਦੀਆਂ ਦੋ ਵਿਧੀਆਂ ਢੰਗ ਤਰੀਕੇ ਹਨ ਸੰਤ ਪ੍ਰਭਾਗ ਦੱਸੋ ਤੇ ਚਾਰੇ ਵੇਦ ਵੀ ਕਹਿੰਦੇ ਤੇ ਸੰਤ ਲੋਕ ਵੀ ਇਸ ਗੱਲ ਦੇ ਤਾਂ ਹੀ ਕਹਿੰਦੇ ਨੇ ਹੋਵੇ ਤੁਜ ਪਾਸ ਸੁਖਾਰੋ ਜਿਹੜਾ ਯਤਨ ਸਾਧਨ ਤੇਰੇ ਪਾਸੋਂ ਸੁਖਾਲਾ ਹੋ ਜਾਵੇ ਉਹ ਕਰੀਏ ਨੀਕੇ ਨਿਰਧਾਰੋ ਤੇ ਉਸਦੇ ਤਾਂ ਹੀ ਨੇਕੇ ਚੰਗੀ ਤਰ੍ਹਾਂ ਚ ਨਿਸ਼ਚੇ ਕਰਕੇ ਤੂੰ ਕਰ ਲਵੇ ਸ਼ਿਵ ਨਾਲ ਬੰਧ ਦਵਾ ਹੱਥਾ ਕੇ ਸਾਧ ਸੰਗ ਜੀ ਸ਼ਿਵ ਨਾਲ ਰਾਜੇ ਨੇ ਦੋਵੇਂ ਹੱਥ ਜੋੜੇ ਚਰਨ ਕਮਲ ਪਰ ਧਰ ਕਰ ਮਾਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖ ਕੇ ਵਿਦ ਕੇ ਕਹੇ ਉਪਾਈ ਸੱਚੇ ਪਾਤਸ਼ਾਹ ਜਿਹੜੇ ਜੋ ਦੋ ਤਰ੍ਹਾਂ ਦੇ ਤੁਸੀਂ ਢੰਗ ਦੱਸੇ ਨੇ ਜੰਮਣ ਤੇ ਮਰਨ ਨੂੰ ਮੇਟਣ ਲਈ ਕਰਬ ਥਾਲ ਸੋ ਦਿਓ ਸੁਣਾਈ ਇਹਨਾਂ ਨੂੰ ਖੋਲ ਕੇ ਸੱਚੇ ਪਾਤਸ਼ਾਹ ਆਪ ਮੇਰੇ ਤੇ ਸੁਣਾ ਦਿਓ ਉਹ ਰਾਜਨ ਜੋ ਦੁਆ ਪ੍ਰਕਾਰਾ ਮਹਾਰਾਜ ਕਹਿੰਦੇ ਹੇ ਸ਼ਿਵ ਨਾਲ ਰਾਜਾ ਜੋ ਦੋ ਢੰਗ ਹਨ ਉਪਚਿਰਤ ਹੋ ਕਰ ਵਿਸਥਾਰਾ ਤੇ ਚੰਗੀ ਤਰ੍ਹਾਂ ਉਹਨਾਂ ਦਾ ਵਿਸਥਾਰ ਫੈਲਾ ਕਰਕੇ ਖੋਲ ਕੇ ਤੈਨੂੰ ਦੱਸਦੇ ਹਾਂ ਕਸ਼ਟ ਜੋਗੀ ਇੱਕ ਭਗਤ ਜੋਗ ਸੋਨਾ ਇੱਕ ਦਾ ਨਾਮ ਕਸ਼ਟ ਜੋਗ ਹੈ ਤੇ ਕਸ਼ਟ ਕੀ ਦੁੱਖ ਦੇ ਨਾਲ ਜੁੜਨਾ ਹੱਟ ਨਾਲ ਜੁੜਨਾ ਹੱਟ ਜੋਗ ਵੀ ਕਹਿੰਦੇ ਨੇ ਤੇ ਦੂਜਾ ਹੈ ਭਗਤੀ ਕਰਦਿਆਂ ਵਾਹਿਗੁਰੂ ਦੇ ਅੰਦਰ ਜੁੜਨਾ ਇਸ ਨੂੰ ਭਗਤ ਜੋਗ ਕਹਿੰਦੇ ਨੇ ਇੱਕ ਦੋਨੋਂ ਇਨ ਦੋਨੋਂ ਤੇ ਹੋਇਆ ਨਿਰਮਲ ਤਾਨਾ ਮਹਾਰਾਜ ਕਹਿੰਦੇ ਨਾ ਦੋਹਾਂ ਦੇ ਨਾਲ ਜਿਹੜਾ ਸਰੀਰ ਹੈ ਤੇ ਨਿਰਮਲ ਉੱਜਲ ਹੋ ਜਾਂਦਾ ਹੈ ਮਨ ਵੀ ਉੱਜਲ ਹੋ ਜਾਂਦਾ ਪ੍ਰਥਮ ਕਸ਼ਟੀ ਜੋ ਜੋਗ ਬਖਾਨਾ ਤੇ ਪਹਿਲਾਂ ਜਿਹੜਾ ਸਾਧ ਸੰਗ ਜੀ ਕਸ਼ਟ ਜੋਗ ਕਿਹਾ ਹੈ ਅਸ਼ਟ ਅੰਗ ਤਾਂ ਕੇ ਸੁਣ ਮਖਾਨਾ ਤੇ ਮਹਾਰਾਜ ਕਹਿੰਦੇ ਇਸ ਦੇ ਅੱਠ ਅੰਗ ਹਿੱਸੇ ਨੇ ਭਾਵ ਕਿ ਇਸ ਦੇ ਅੱਠ ਪੈਰ ਹਨ ਤੇ ਆਪਣੇ ਕੰਨਾਂ ਨੂੰ ਧਿਆਨ ਦੇ ਕੇ ਸੁਣਨਾ ਕਰ ਜਮਰ ਨੇਮ ਅਕੰਤ ਦੇਸੂ ਪਹਿਲਾ ਜਮ ਹੈ ਦੂਜਾ ਨੇਮ ਹੈ ਤੀਜਾ ਅਕਾਂਤ ਦੇਸ਼ ਹੈ ਆਸਨ ਪ੍ਰਾਣਾਯਾਮ ਸੁਦੇਸੂ ਤੇ ਚੌਥਾ ਆਸਣ ਹੈ ਤੇ ਇਸੇ ਤਰ੍ਹਾਂ ਪ੍ਰਾਣਾਯਾਮ ਜਿਹੜਾ ਇਹ ਪੰਜਵਾਂ ਹੈ ਤੇ ਇਹ ਸੁਦੇਸੂ ਸ੍ਰੇਸ਼ਟ ਅੰਗ ਹਨ ਕਸ਼ਟ ਯੋਗ ਦੇ ਧਿਆਨ ਧਾਰਨਾ ਅਸ਼ਟ ਸਮਾਦ ਇਸੇ ਤਰ੍ਹਾਂ ਧਿਆਨ ਜਿਹੜਾ ਹੈ ਇਹ ਛੇਵਾਂ ਹੈ ਤੇ ਧਾਰਨਾ ਸੱਤ ਹੈ ਤੇ ਅੱਠਵਾਂ ਜਿਹੜਾ ਸਮਾਧੀ ਹੈ ਪਾਏ ਪਰਮ ਪਦ ਇਨ ਕੋ ਸਾਧ ਇਹਨਾਂ ਅੱਠਾਂ ਸਾਧਨਾਂ ਨੂੰ ਸਾਧ ਕੇ ਜਿੱਤ ਕੇ ਤੇ ਮਨੁੱਖ ਪਰਮ ਪਦਵੀ ਮੁਕਤੀ ਦੀ ਪਦਵੀ ਨੂੰ ਪਾ ਲੈਂਦਾ ਹੈ ਮੈਂ ਜਮ ਸੋ ਦਸ ਪ੍ਰਕਾਰਾ ਮਹਾਰਾਜ ਕਹਿੰਦੇ ਪਹਿਲਾ ਜਿਹੜਾ ਕਸ਼ਟ ਯੋਗ ਦਾ ਹਿੱਸਾ ਹੈ ਨਾ ਅੰਗ ਹੈ ਤੇ ਇਹ ਦਸ ਤਰ੍ਹਾਂ ਦਾ ਹੈ ਜਮ ਜਿਸ ਨੂੰ ਕਹਿੰਦੇ ਨੇ ਲਛਣ ਤਿਨ ਕੋ ਕਰੋ ਬਥਾਰਾ ਇਸ ਦੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਨੂੰ ਵਿਸਤਾਰ ਕਰਕੇ ਖੋਲ ਕੇ ਦੱਸਦੇ ਹਾਂ ਦੋਹਰਾ ਇੱਕ ਅਹਿੰਸਾ ਜਾਣੀਏ ਕਹਿੰਦੇ ਪਹਿਲਾ ਜਿਹੜਾ ਹੈ ਜਮ ਤੇ ਉਹ ਅਹਿੰਸਾ ਹੈ ਜੀਵ ਘਾਤ ਨਾ ਕਰਨਾ ਜਾਣ ਲਓ ਮਨ ਵਜ ਕਾਇਆ ਤੀਨਾ ਇਹ ਮਨ ਕਰਕੇ ਬਾਣੀ
ਕਰਕੇ ਸਰੀਰ ਕਰਕੇ ਤਿੰਨ ਤਰ੍ਹਾਂ ਦੀ ਹਿੰਸਾ ਮੰਨੀ ਗਈ ਹੈ। ਕੋ ਬੁਰਾ ਦੇ ਚਿਤ ਬਣਾ, ਜਿਹੜਾ ਮਨ ਦੇ ਨਾਲ ਦੂਜੇ ਮਨੁੱਖ ਦਾ ਬੁਰਾ ਚਿਤ ਬਣਾ ਹੈ। ਮਨ ਕੀ ਹਿੰਸਾ ਕੀਨਾ, ਮਹਾਰਾਜ ਕਹਿੰਦੇ ਮਨ ਦੀ ਹਿੰਸਾ ਹੈ ਚੀਨ ਜਾਣ ਲੋ। ਚੌਪੀ ਫਿੱਕਾ ਬੋਲ ਦੁਖਾਏ ਹਨਾਵੈ, ਤੇ ਦੂਜਾ ਸਾਧ ਸੰਗ ਜੀ ਤੇ ਫਿੱਕਾ ਬੋਲ ਕੇ ਜਵਾਨ ਦੇ ਨਾਲ ਤੇ ਕਿਸੇ ਦੇ ਮਨ ਨੂੰ ਢਾ ਲੈਣਾ ਤੇ ਦੁਖੀ ਕਰ ਦੇਣਾ, ਤੇ ਇਹ ਜਵਾਨ ਦੀ ਹਿੰਸਾ ਹੈ। ਹਿੰਸਾ ਬਚਨ ਕੀ ਕਹਿਲਾਵੈ, ਇਸ ਨੂੰ ਬਾਣੀ ਦੀ ਹਿੰਸਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ। ਤੀਜੀ ਮਾਰਨ ਜੀਵਨ ਕੇਰੀ, ਤੀਜੀ ਸਰੀਰ ਕਰਕੇ ਹਿੰਸਾ ਹੈ, ਸਰੀਰ ਕਰਕੇ ਕਿਸੇ ਜੀਵ ਨੂੰ ਕਿਸੇ ਬੰਦੇ ਨੂੰ ਮਾਰ ਦੇਣਾ। ਜਾ ਕੇ ਇਨਕੋ ਹੋਇਆ ਬਿਨ ਦੇਰੀ, ਇਸ ਵਾਸਤੇ ਤੇ ਇਸ ਨੂੰ ਸਾਧ ਸੰਗਤ ਜੀ ਛੱਡ ਦੇਵੇ ਤਿੰਨ ਤਰ੍ਹਾਂ ਦੀ ਹਿੰਸਾ ਨੂੰ, ਇਹਦੇ ਸਵਾਲ ਵੀ ਪੈਦਾ ਹੋ ਸਕਦਾ। ਤੇ ਇਸ ਵਾਸਤੇ ਫਿਰ ਜੰਗ ਯੁੱਧ ਕਾਹਦੇ ਲਈ ਆ, ਪਰ ਜੰਗ ਯੁੱਧ ਜਿਹੜੇ ਉਹ ਧਰਮ ਦੇ ਉੱਤੇ ਹੋਣੇ ਚਾਹੀਦੇ। ਇਸ ਵਾਸਤੇ ਜੇ ਤੁਸੀਂ ਭਲੇ ਮਾਨਸ ਬੰਦਿਆਂ ਦਾ, ਚੰਗੇ ਬੰਦਿਆਂ ਦਾ ਨੁਕਸਾਨ ਕਰੀ ਜਾਓ, ਉਹ ਜੰਗ ਯੁੱਧ ਨਹੀਂ ਹੈ। ਤੇ ਜਿੱਥੇ ਧਰਮ ਤੇ ਅਧਰਮ ਦਾ ਜੰਗ ਹੁੰਦਾ ਤੇ ਉੱਥੇ ਯੁੱਧ ਹਮੇਸ਼ਾ ਹੀ ਚੱਲਦਾ ਹੈ। ਜਦੋਂ ਸ੍ਰੀ ਕ੍ਰਿਸ਼ਨ ਪਾਂਡਵਾਂ ਵੱਲ ਹੋ ਗਏ ਤੇ ਦੂਜੇ ਪਾਸੇ ਦੁਰਯੋਧਨ ਪਹਿਲਾਂ ਬਹੁਤ ਵੱਡੀਆਂ ਫੌਜਾਂ ਸੀ, ਅਖੀਰ ਅਰਜਨ ਨੂੰ ਕਹਿਣ ਲੱਗੇ ਕਿ ਇਹ ਸਾਹਮਣੇ ਜਿਹੜੀਆਂ ਫੌਜਾਂ ਇਹਨਾਂ ਦੇ ਉੱਤੇ ਵਾਰ ਤੈਅ ਕਰਨਾ। ਪਹਿਲਾਂ ਅਰਜਨ ਕਹਿਣ ਲੱਗਾ ਸ੍ਰੀ ਕ੍ਰਿਸ਼ਨ ਨੂੰ, ਕਹਿੰਦਾ ਭਗਵਾਨ ਵਾਰ ਕਿਹਦੇ ਤੇ ਕਰਾਂ, ਆ ਸਾਡਾ ਦਰੋਣਾਚਾਰਜ ਗੁਰੂ ਖੜਾ ਹੈ, ਇਹ ਭੀਸ਼ਮ ਪਿਤਾਮਾ ਸਾਡਾ ਦਾਦਾ ਖੜਾ ਹੈ, ਇਹ ਮੇਰੇ ਚਚੇਰੇ ਭਰਾ ਖੜੇ ਨੇ, ਵਾਰ ਕਿਹਤੇ ਕਰਾਂ। ਔਰ ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਦੁਰਯੋਧਨ, ਕਹਿਣ ਲੱਗੇ ਅਰਜਨ, ਇਹ ਜਿਹੜਾ ਦੁਰਯੋਧਨ ਆ ਨਾ, ਇਹਦੀ ਦਸ਼ਾ ਪਤਾ ਕੈਸੀ ਹੈ? ਕਹਿੰਦਾ ਦੱਸੋ ਜੀ। ਕਹਿੰਦੇ ਜਿਵੇਂ ਕਿਸੇ ਸਰੀਰ ਦੇ ਉੱਤੇ ਕਿਸੇ ਬੰਦੇ ਦੇ ਕੈਂਸਰ ਦਾ ਫੋੜਾ ਹੋ ਜਾਵੇ, ਤੇ ਕੈਂਸਰ ਦਾ ਫੋੜਾ ਜਿਹੜਾ ਹੈ, ਤੇ ਦੱਸ ਵੀ ਅਰਜਨ ਫਿਰ ਤੂੰ ਉਹਨੂੰ ਪਾਲੇਗਾ? ਕਹਿੰਦਾ ਨਹੀਂ ਜੀ, ਉਹਦਾ ਆਪਰੇਸ਼ਨ ਤਾਂ ਕਰਨਾ ਹੀ ਪਏਗਾ, ਉਹਨੂੰ ਕੱਟਣਾ ਪਏਗਾ, ਉਹ ਸਰੀਰ ਨੂੰ ਦੁੱਖ ਦਿੰਦਾ। ਤਾਂ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਅਰਜਨ, ਇਹ ਜਿਹੜਾ ਦੁਰਯੋਧਨ ਆ, ਤੁਹਾਡੀ ਵੰਸ਼ ਨੂੰ ਇਹ ਕੈਂਸਰ ਦਾ ਫੋੜਾ ਲੱਗਾ ਹੋਇਆ, ਇਸ ਵਾਸਤੇ ਕਹਿੰਦੇ ਇਹਨੂੰ ਕੱਟ ਦੇ ਤੇ ਤੈਨੂੰ ਕੋਈ ਪਾਪ ਨਹੀਂ ਲੱਗੇਗਾ, ਕਿਉਂਕਿ ਅਗਿਆਨੀ ਬੰਦਾ ਹੈ, ਪਾਪੀ ਬੰਦਾ ਹੈ, ਗੁਨਾਹੀ ਬੰਦਾ, ਇਸ ਲਈ ਧਰਮ ਤੇ ਅਧਰਮ ਦਾ ਯੁੱਧ ਹੋ ਰਿਹਾ ਸੀ। ਕੀ ਸੀ? ਪੰਜ ਭੈਣ ਨਹੀਂ ਦੇ ਸਕਿਆ। ਸ੍ਰੀ ਕ੍ਰਿਸ਼ਨ 17 ਦਿਨ ਇਹਦੇ ਕੋਲ ਬੈਠੇ ਰਹੇ, ਸਮਝਾਉਂਦੇ ਰਹੇ, ਨਾ ਮੰਨਿਆ। ਅਖੀਰ ਸਾਧ ਸੰਗਤ ਜੀ ਯੁੱਧ ਹੋਇਆ, ਤੇ ਇਸ ਵਾਸਤੇ ਧਰਮ ਤੇ ਅਧਰਮ ਦੇ ਵਿੱਚ ਜਿਹੜੇ ਅਧਰਮੀ ਲੋਕ ਨੇ, ਤੇ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਸੋਧਾ ਲੱਗਦਾ ਏ। ਗੁਰੂ ਕਲਗੀਧਰ ਨੂੰ ਪੁੱਛਿਆ ਸੀ ਤੁਸੀਂ ਕਾਹਦੇ ਵਾਸਤੇ ਆਏ ਹੋ? ਮਹਾਰਾਜ ਕਹਿੰਦੇ ਧਰਮ ਚਲਾਵਨ, ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਅਵਤਾਰਨ। ਜਿਹੜੇ ਧਰਮ ਦੇ ਦੁਖੀ ਦੁਸ਼ਟ ਬੰਦੇ ਨੇ ਤੇ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੇ ਨੇ, ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਜੜ੍ਹਾਂ ਤੋਂ ਫੁੱਟਣ ਵਾਸਤੇ ਆਏ ਹੋ। ਜਿਹੜੇ ਧਰਮ ਦੇ ਉੱਤੇ ਚੱਲਣ ਵਾਲੇ ਸੰਤ ਲੋਕ ਨੇ, ਸਿਮਰਨ ਵਾਲੇ ਲੋਕ ਨੇ, ਉਹਨਾਂ ਦੀ ਰੱਖਿਆ ਵਾਸਤੇ ਆਏ ਹਾਂ। ਯਾਮੀ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਮ ਮਨ ਮਨ। ਇਸ ਵਾਸਤੇ ਅਸੀਂ ਇਸ ਲਈ ਆਪਣਾ ਅਵਤਾਰ ਧਾਰਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ 14 ਲੜਾਈਆਂ ਆਉਂਦੀਆਂ ਨੇ, 14 ਲੜਾਈਆਂ ਵਿੱਚੋਂ ਇੱਕ ਵੀ ਤੁਸੀਂ ਨਹੀਂ ਉਹਨਾਂ ਨੂੰ ਸਿੱਧ ਕਰ ਸਕਦੇ ਕਿ ਸਤਿਗੁਰਾਂ ਨੇ ਆਪਣੇ ਵਾਸਤੇ ਕੋਈ ਲੜੀ ਹੈ, ਵੀ ਜਾਂ ਕਿਸੇ ਦਾ ਧਨ ਜਮ੍ਹਾਂ ਕਰਨ ਲਈ, ਜਾਂ ਕਿਸੇ ਦੀ ਜਾਇਦਾਦ ਖੋਣ ਲਈ, ਜਾਂ ਕਿਸੇ ਦੀ ਧਰਤੀ ਦੇ ਉੱਤੇ ਕਾਬਜ਼ ਹੋਣ ਵਾਸਤੇ, ਜਾਂ ਕਿਸੇ ਦੇ ਖਜ਼ਾਨਿਆਂ ਦੇ ਉੱਤੇ ਕਾਬਜ਼ ਹੋਣ ਵਾਸਤੇ, ਕੇਵਲ ਸਤਿਗੁਰਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਜਿਹੜੀ ਹੈ ਉਹਨੂੰ ਬਚਾਉਣ ਵਾਸਤੇ। ਔਰ ਸਾਧ ਸੰਗਤ ਜੀ ਜਿਹੜੇ ਪਛਾੜੇ ਅਤੇ ਲਤਾੜੇ ਲੋਕ ਸੀ, ਉਹਨਾਂ ਨੂੰ ਆਜ਼ਾਦ ਕਰਨ ਵਾਸਤੇ, ਉਹਨਾਂ ਨੂੰ ਸਹੀ ਹੱਕ ਦਵਾਉਣ ਵਾਸਤੇ ਅਤੇ ਧਰਮੀ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 14 ਲੜਾਈਆਂ ਹੋਈਆਂ ਨੇ। ਔਰ ਇੱਕ ਇੰਚ ਵੀ ਕਿਸੇ ਦੀ ਜ਼ਮੀਨ ਨਹੀਂ ਸਾਂਭੀ ਹੈ, ਇੱਕ ਇੰਚ ਵੀ ਕਿਸੇ ਦੇ ਉੱਤੇ ਕਬਜ਼ਾ ਨਹੀਂ ਕੀਤਾ। ਇਸ ਵਾਸਤੇ ਇਹ ਹੈ ਲੜਨ ਦਾ ਢੰਗ। ਤੇ ਅੱਗੇ ਆਪ ਕਥਾ ਸਰਵਣ ਕਰੋ। ਮਹਾਰਾਜ ਕਹਿੰਦੇ ਦੂਜਾ ਜਿਹੜਾ ਜਨ ਹੈ ਤੇ ਸੱਚ ਬੋਲਣ ਦਾ ਨਿਯਮ ਜਿਹੜਾ ਹੈ ਉਸਨੂੰ ਨਿਭਾਉਣਾ ਕਰੇ, ਪੂਰਨ ਕੇ ਵਿਦ ਕਹੈ, ਤੇ ਕਦੇ ਕਿਸੇ ਤਰ੍ਹਾਂ ਦੀ ਝੂਠ ਨਾ ਬੋਲਣਾ ਕਰੇ। ਤੀਜੇ ਹੋਇ ਦੁਆ ਭਾਂਤ ਸਤੇਈ, ਕਹਿੰਦੇ ਤੀਜਾ ਜਿਹੜਾ ਜਨ ਹੈ, ਦੋ ਤਰ੍ਹਾਂ ਦੀ ਚੋਰੀ ਹੁੰਦੀ ਹੈ, ਇੱਕ ਤਨ ਕੀ ਇੱਕ ਮਨ ਕੀ ਸੇਈ, ਇੱਕ ਸਰੀਰ ਦੀ ਹੁੰਦੀ ਹੈ ਤੇ ਇੱਕ ਮਨ ਦੀ ਹੁੰਦੀ ਹੈ। ਹਰ ਕੀ ਵਸਤੂ ਛਪਾਵਨ ਕਰਨੀ, ਜਿਹੜਾ ਸਰੀਰ ਕਰਕੇ ਕਿਸੇ ਦੀ ਵਸਤੂ ਚੋਰੀ ਕਰਕੇ ਤੇ ਉਸਨੂੰ ਛਪਾ ਲੈਣਾ ਹੈ, ਉਸ ਤੇ ਹੀ ਤਨ ਕੀ ਵਰਨੀ। ਮਹਾਰਾਜ ਕਹਿੰਦੇ ਸਰੀਰ ਦੀ ਚੋਰੀ ਵਰਣਨ ਕੀਤੀ ਹੈ, ਕਰੇ ਪਾਪ ਪੁਨਰਾਖ ਦੁਰਾਏ। ਇਸੇ ਤਰ੍ਹਾਂ ਸਾਧ
ਸਮਝੀ ਪਾਪ ਕਰਕੇ ਬੰਦਾ ਤੇ ਫਿਰ ਉਸਨੂੰ ਛੁਪਾ ਕੇ ਰੱਖਣਾ ਕਰੇ। ਮਰ ਕੇ ਚੋਰੀ ਕਹਿਲਾਏ, ਮਹਾਰਾਜ ਕਹਿੰਦੇ ਮਨ ਦੀ ਚੋਰੀ ਕਹਿਲਾਉਂਦੀ ਹੈ। ਤਗਨਾ ਤ੍ਰਿਤੀ ਜਮ ਜਮ ਹੋ, ਜਿਹੜੀ ਦੋ ਤਰ੍ਹਾਂ ਦੀ ਚੋਰੀ ਛੜਨੀ ਹੈ ਤੇ ਤੀਜਾ ਸਤ ਸੰਗ ਜੀ ਜਮ ਦਾ ਹਿੱਸਾ ਹੈ, ਜਾਣ ਲਓ। ਤੂੰ ਨਾ ਤੂੰ ਨਿਰਪਤ ਮਨ ਖਾਨ ਹੋ, ਤੇ ਕਦੇ ਭੁੱਲ ਕੇ ਵੀ ਹੇ ਰਾਜਾ ਆਪਣੇ ਮਨ ਦੇ ਵਿੱਚ ਨਹੀਂ ਇਸ ਨੂੰ ਧਾਰਨ ਕਰਨਾ। ਉੱਥੇ ਬ੍ਰਹਮਚਰਜ ਸੁਖ ਸਾਰੂ, ਤੇ ਚੌਥਾ ਹੈ ਬ੍ਰਹਮਚਰਜ ਜੋ ਸ੍ਰੇਸ਼ਟ ਸੁਖ ਨੂੰ ਦੇਣ ਵਾਲਾ ਹੈ। ਜੀਤਨ ਕਾਮ ਅਸ਼ਟ ਪ੍ਰਕਾਰੂ, ਤੇ ਜਿਹੜਾ ਕਾਮ ਹੈ ਤੇ ਅੱਠ ਤਰ੍ਹਾਂ ਦਾ ਇਸ ਨੂੰ ਮੰਨਿਆ ਹੈ ਗ੍ਰੰਥਾਂ ਦੇ ਵਿੱਚ, ਅੱਠ ਤਰ੍ਹਾਂ ਦੀ ਵਾਸਨਾ ਜਿਹੜੀ ਹੈ ਉਹਨੂੰ ਰੋਕਣਾ ਹੈ। ਸਰਵਣ ਸਿਮਰਨ ਤੇ ਇਸੇ ਤਰ੍ਹਾਂ ਚਿਤਵਨ ਵਾਸ ਅਕੰਤ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟ ਕਾਮ, ਅੱਠ ਤਰ੍ਹਾਂ ਦੀ ਵਾਸਨਾ ਹੈ ਕਾਮ ਦੀ, ਇਸ ਨੂੰ ਰੋਕਣਾ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ। ਪਹਿਲਾ ਹੈ ਕਾਮ ਦਾ ਹਿੱਸਾ, ਇਸਤਰੀ ਦੀਆਂ ਗੱਲਾਂ ਹੀ ਹਮੇਸ਼ਾ ਕਰੀ ਜਾਣੀਆਂ। ਦੂਜੇ ਸੁਣ ਸੁਣ ਮਨ ਮੈਂ ਫਰਣੀ, ਦੂਜਾ ਇਸਤਰੀ ਦੀਆਂ ਗੱਲਾਂ ਜਿਹੜੀਆਂ ਸੁਣ ਸੁਣ ਕੇ ਮਨ ਦੇ ਧਾਰਨ ਕਰੀ ਜਾਣੀਆਂ। ਤੀਜੇ ਤੇ ਇਕਾਂਤ ਮਿਲ ਬੈਸਣਾ, ਤੇ ਤੀਜਾ ਸਾਧ ਸੰਗ ਜੀ ਇਕਾਂਤ ਦੇ ਵਿੱਚ ਬੈਠ ਕੇ ਤੇ ਗੱਲਾਂ ਕਰਨੀਆਂ। ਚੌਥੇ ਹੋਰ ਤੇ ਅੰਗ ਸਪਰਸਣਾ, ਚੌਥਾ ਸਾਧ ਸੰਗ ਜੀ ਅੰਗਾਂ ਦਾ ਸਪਰਸ਼ ਕਰਨਾ। ਪੰਚਮ ਹਿਤ ਕਰ ਦੇਖੇ ਤੀਕੋ, ਤੇ ਪੰਜਵਾਂ ਤੇ ਕਾਮ ਦੀ, ਤੇ ਇਸ ਤਰ੍ਹਾਂ ਸਾਧ ਸੰਗ ਜੀ ਕਾਮ ਦੇ ਹਿੱਤ ਨਾਲ ਉਸ ਪਾਸੇ ਨੂੰ ਦੇਖੀ ਜਾਣਾ। ਸਭੇ ਅਲਿੰਗਨ ਕਰੇ ਹੀ ਤੇ ਛੇਵਾਂ ਹਿੱਸਾ ਹੈ ਤੇ ਗਲਵਕੜੀ ਜਿਹੜੀ ਉਹਦੇ ਵਿੱਚ ਲੈਣਾ ਹੈ। ਸਪਤ ਚਿਤਵਨੋ ਮਨ ਮੈਂ ਨਾਰੀ, ਸੱਤਵਾਂ ਜਿਹੜਾ ਹੈ ਤੇ ਉਸ ਪਾਸੇ ਨੂੰ ਸਾਧ ਸੰਗ ਜੀ ਖਿਆਲ ਹਮੇਸ਼ਾ ਵਾਸਤੇ ਲੱਗਾ ਰਹਿਣਾ, ਉਧਰੇ ਤਾਰ ਖੜਕੀ ਜਾਣਾ। ਅਸ਼ਟੋਂ ਭੋਗ ਕਰਨ ਬਿਦਸਾਰੀ, ਤੇ ਅੱਠਵਾਂ ਜਿਹੜਾ ਸਾਧ ਸੰਗ ਜੀ ਪਰਾਏ ਘਰ ਦੇ ਅੰਦਰ ਜਾ ਕੇ ਵਿਸ਼ੇ ਵਿਕਾਰ ਨੂੰ ਭੋਗ ਲੈਣਾ, ਅੱਠ ਤਰ੍ਹਾਂ ਦਾ ਇਹ ਕਾਮ ਮੰਨਿਆ ਗਿਆ। ਇਹਨ ਸਭਨ ਕੋ ਤਿਆਗੇ ਜੇਈ, ਮਹਾਰਾਜ ਕਹਿੰਦੇ ਜਿਹੜਾ ਇਹਨਾਂ ਸਾਰਿਆਂ ਦੇ ਤਾਂ ਹੀ ਛੱਡ ਦੇਵੇ। ਬ੍ਰਹਮਚਰ ਭਾਰਤ ਹੈ ਤੇਰੀ, ਮਹਾਰਾਜ ਕਹਿੰਦੇ ਉਹੀ ਬ੍ਰਹਮਚਾਰਜ ਨੂੰ ਧਾਰ ਸਕਦਾ ਹੈ। ਪੰਚਮ ਜਮ ਹੈ ਧੀਰਜ ਕਰਨੀ, ਪੰਜਵਾਂ ਜਮ ਦਾ ਹਿੱਸਾ ਹੈ ਧੀਰਜ ਕਰਨੀ, ਜਿਹੜੇ ਦੋ ਸੌ ਸਦਾ ਰਹਿ ਸਹੇ ਸਭ ਧਰਨੀ, ਜਿਸ ਤਰ੍ਹਾਂ ਧਰਤੀ ਜਿਹੜੀ ਹੈ ਤੇ ਖਿਮਾ ਰੱਖਦੀ, ਇਸ ਤਰ੍ਹਾਂ ਦੁੱਖ ਤੇ ਸੁੱਖ ਨੂੰ ਧਰਤੀ ਵਾਂਗ ਸਹਾਰ ਕੇ ਰੱਖਣਾ ਹੈ। ਆਪਦ ਸੰਪਦ ਆਤਮ ਸੀਤਾ, ਇਸੇ ਤਰ੍ਹਾਂ ਸਾਧ ਸੰਗ ਜੀ ਬਿਪਤਾ ਦੇ ਅੰਦਰ ਤੇ ਵਿਭੂਤੀ ਜਿਹੜੀ ਹੈ ਉਹਦੇ ਆਏ ਵਿੱਚ ਨਿਕਲਣਾ ਹੋਏ ਡੁਲਾਵੇ ਜੀਤਾ, ਆਤਮ ਧੁੱਪ ਦੇ ਅੰਦਰ ਤੇ ਸੀਤ ਠੰਡ ਦੇ ਅੰਦਰ, ਖੁਸ਼ੀ ਦੇ ਅੰਦਰ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਬਿਪਤਾ ਦੇ ਅੰਦਰ ਵਿਆਕਲ ਨਾ ਹੋਣਾ, ਆਪਣੇ ਚਿੱਤ ਨੂੰ ਨਾ ਡਲਾਉਣਾ। ਅਸ਼ਟਮ ਜਮ ਹੈ ਖਿਮਾ ਸੁਹਾਈ, ਇਹ ਪੰਜਵਾਂ ਹੈ ਤੇ ਛੇਵਾਂ ਸਾਧ ਸੰਗ ਜੀ ਜਮ ਜਿਹੜਾ ਖਿਮਾ ਹੈ ਸੋਭਨੀਕ, ਮੈਂ ਸ਼ੋਭਨਾ ਕਦੋਂ ਉਠਾਈ, ਆਪਣੇ ਮਨ ਦੇ ਵਿੱਚ ਕਦੇ ਵੀ ਨਾਰਾਜ਼ਗੀ ਜਿਹੜੀ ਉਸਨੂੰ ਨਾ ਉਠਾਉਣਾ। ਭਲਾ ਕਿ ਬਰਾ ਬਖਾਨੇ ਕੋਏ, ਚਾਹੇ ਕੋਈ ਚੰਗਾ ਕਹੀ ਜਾਵੇ ਤੇ ਚਾਹੇ ਮਾੜਾ ਕੋਈ ਕਹੀ ਜਾਵੇ, ਸਹਿਨਸ਼ੀਲ ਮਨ ਸਭ ਤੇ ਹੋਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇ ਸਹਿਨਸ਼ੀਲ ਸਹਿਨ ਸਹਾਰਨ ਦਾ ਸੁਭਾਅ ਹੋਣਾ, ਤੇ ਇਸ ਤਰ੍ਹਾਂ ਮਨ ਦੇ ਵਿੱਚ ਸਤੋਂ ਦੁਖੀ ਨਾ ਦੇਖੇ ਕਾਹੀ, ਸਤਮਾ ਜਮ ਹੈ ਕਿਸੇ ਨੂੰ ਦੁਖੀ ਨਾ ਵੇਖਣਾ ਕਰੇ, ਦਇਆ ਕਰੇ ਸਭ ਸੋ ਨਿਰਵਾਹੀ, ਤੇ ਦਇਆ ਦਾ ਗੁਣ ਜਿਹੜਾ ਉਹ ਸਾਰਿਆਂ ਦੇ ਨਾਲ ਨਿਭਾਉਣਾ ਕਰੇ, ਕੋਮਲ ਹਿਰਦਾ ਰੱਖੇ, ਤੇ ਅੱਠਵਾਂ ਜਿਹੜਾ ਆਪਣੇ ਹਿਰਦੇ ਨੂੰ ਕੋਮਲ ਬਣਾ ਕੇ ਰੱਖਣਾ ਕਰੇ, ਸੁਖ ਉਪਦੇਸ਼ ਸਭ ਨੂੰ ਸੁਪਾਖ ਹੈ, ਤੇ ਚੰਗਾ ਜਿਹੜਾ ਉਪਦੇਸ਼ ਹੈ ਤੇ ਉਹ ਸਾਰਿਆਂ ਨੂੰ ਉਚਾਰਨ ਕਰੇ, ਨੌਵੇਂ ਜਮ ਮਰਯਾਦ ਆਹਾਰਾ, ਤੇ ਨੌਵਾਂ ਸਾਧ ਸੰਗ ਜੀ ਜਮ ਦਾ ਹਿੱਸਾ ਹੈ ਤੇ ਭੋਜਨ ਮਰਯਾਦਾ ਦੇ ਅਨੁਸਾਰ ਖਾਣਾ, ਜਿੰਨੀ ਕੁ ਲੋੜ ਉਨਾ ਛਕਣਾ, ਭਲਾ ਬੁਰਾ ਨਾ ਕਰੇ ਵਿਚਾਰਾ, ਤੇ ਭੋਜਨ ਚੰਗਾ ਹੈ ਤੇ ਜਾਂ ਬੁਰਾ ਹੈ, ਮੇਰੇ ਸਰੀਰ ਨੂੰ ਫਿੱਟ ਆਵੇਗਾ ਕਿ ਨਹੀਂ ਆਵੇਗਾ, ਇਹ ਅਮਲਾਂ ਦੀ ਵਰਤੋਂ ਭੋਜਨ ਵਿੱਚ ਕਰਨੀ ਹੈ ਜਾਂ ਨਹੀਂ ਕਰਨੀ, ਇਹ ਭੋਜਨ ਚੰਗਾ ਹੈ ਜਾਂ ਮਾੜਾ ਹੈ ਤੇ ਇਹਦੀ ਵਿਚਾਰ ਪਹਿਲਾਂ ਕਰ ਲਵੇ। ਮਨ ਕੋ ਆਹਾਰ ਹੈ ਜੇ ਤੋ, ਤੇ ਜਿੰਨਾ ਮਹਾਰਾਜ ਕਹਿੰਦੇ ਭੋਜਨ ਤੂੰ ਖਾਣਾ ਹੈ, ਉੱਥੇ ਭਾਗ ਖਾਏ ਕੰਮ ਤੇ ਤੋ, ਤੇ ਉਹ ਤੋਂ ਚੌਥਾ ਹਿੱਸਾ ਜਿਹੜਾ ਭੋਜਨ ਦਾ ਤੇ ਕੰਮ ਘੱਟ ਖਾਣਾ ਕਰੇ, ਦਸਵਾਂ ਜਮ ਸੋ ਸੌਜ ਲਿਖੀ ਜਾਏ, ਤੇ ਦਸਵਾਂ ਜਮ ਦਾ ਜਿਹੜਾ ਸਾਰ ਸੰਗੀ ਢੰਗ ਹੈ ਉਹ ਸੌਜ ਹੈ, ਜਾਣ ਲਓ। ਜਲ ਮਿਰਚ ਕਾ ਇਸ਼ਨਾਨ ਕਰੀ ਜਾਏ, ਜਿਸ ਤਰ੍ਹਾਂ ਤੁਸੀਂ ਜਾਣੇ ਹੋ ਸਾਰ ਸੰਗੀ ਜੰਗਲ ਪਾਣੀ ਹੱਥ ਧੋਣੇ ਸਾਬਣ ਨਾ ਮਿੱਟੀ ਨਾ, ਤੇ ਇਸੇ ਤਰ੍ਹਾਂ ਸਰੀਰ ਪਾਣੀ ਦੇ ਨਾਲ ਇਸ਼ਨਾਨ ਕਰਨਾ, ਰਾਗਵੈ ਕੀ ਮਲ ਔਰ ਮਾਹੀ, ਇਹਦਾ ਸਰੀਰ ਨੂੰ ਪਵਿੱਤਰ ਕਰਨ ਦਾ ਢੰਗ ਹੈ ਜਲ ਦਾ ਇਸ਼ਨਾਨ, ਤੇ ਨਾਮ ਸਿਮਰਨ ਜਿਹੜਾ ਹੈ ਤੇ ਮਨ ਦਾ ਇਸ਼ਨਾਨ, ਇਹਦੇ ਨਾਲ ਰਾਗ ਤੇ ਦੁਆਇਤ ਦੀ ਮਾਇਲ ਨੂੰ ਮਿਟੇ, ਕਰ ਸੌਜ ਕਰਤਾ ਹੈ ਤਾਹੀ, ਤੇ ਇਸ ਤਰ੍ਹਾਂ
ਬਿਨਾਂ ਜਿਹੜੇ ਰਾਗ ਤੇ ਦੁਆਇਸ ਦੀ ਮੈਲ ਨੂੰ ਵੀ ਮੇਟ ਲੈਂਦੇ ਉਹੀ ਸਾਧ ਸੰਗਤ ਜੀ ਸੌਜ ਤਦੋਂ ਹੀ ਕੀਤਾ ਹੋਇਆ ਉਹਨਾਂ ਦਾ ਸਫਲਾ ਹੈ। ਇਸੀ ਪ੍ਰਕਾਰ ਅਲਾਏ ਇਸ ਤਰ੍ਹਾਂ ਜਮ ਜਿਹੜਾ ਹੈ ਸਾਧ ਨੇ ਦਸ ਪ੍ਰਕਾਰ ਦਾ ਕਿਹਾ ਹੈ। ਨੇਮ ਸੁਣੋ ਮਨ ਲਾਏ, ਦਸ ਤਰ੍ਹਾਂ ਦਾ ਨੇਮ ਨਿਯਮ ਹੁੰਦਾ ਹੈ ਤੇ ਉਹ ਵੀ ਸੁਣ ਲਓ ਮਨ ਲਾ ਕੇ। ਮੈਂ ਤਪਸੋ ਤਿੰਨ ਪ੍ਰਕਾਰਾ, ਮਹਾਰਾਜ ਕਹਿੰਦੇ ਪਹਿਲਾਂ ਤਪ ਹੈ ਤੇ ਤਪ ਤਿੰਨ ਤਰ੍ਹਾਂ ਦਾ ਹੁੰਦਾ ਹੈ। ਰਾਜਤਮ ਬੌਰੀ ਸਾਧ ਕੀ ਸਾਰਾ, ਇੱਕ ਤਾਮਸੀ ਤਪ ਹੁੰਦਾ, ਇੱਕ ਰਾਜਸੀ ਤੇ ਇੱਕ ਸਾਂਤ ਕੀ ਤਪ ਹੁੰਦਾ ਸਾਰਾ ਸ੍ਰੇਸ਼ਟ। ਸੁਧਾ ਅਗਨੇ ਜਲ ਹੀ ਸੋ ਤਨ ਪਾਵਾ, ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਬੰਦੇ ਨੇ ਭੁੱਖੇ ਰਹਿਣਾ ਹੈ ਤੇ ਠੰਡ ਦੀ ਰੁੱਤ ਵਿੱਚ ਪਾਣੀ ਵਿੱਚ ਖੜੇ ਰਹਿਣਾ ਜਲ ਧਾਰਾ ਕਰਨਾ, ਗਰਮੀ ਦੀ ਰੁੱਤ ਵਿੱਚ ਚਾਰ ਧੂਣੀਆਂ ਲਾ ਕੇ ਵਿਚਾਲੇ ਬੈਠ ਜਾਣਾ ਜੇੜ ਦੇ ਮਹੀਨੇ, ਇਹ ਤਾਮਸੀ ਤਪ ਹਨ ਸਾਰੇ। ਇਹ ਤਾਮਸੀ ਫਲ ਦਾ ਗਾਵਾ, ਮਹਾਰਾਜ ਕਹਿੰਦੇ ਤਾਮਸੀ ਤਪ ਹੈ ਤੇ ਫਲ ਦੇਣ ਵਾਸਤੇ ਗਾਵਾ ਕਿਹਾ ਹੈ। ਜਿਹਦੇ ਗਿਆਨ ਇਸਤੇ ਨਹੀਂ ਹੋਏ, ਇਸ ਦੇ ਨਾਲ ਗਿਆਨ ਨਹੀਂ ਹੁੰਦਾ ਵਾਹਿਗੁਰੂ ਪਰਮੇਸ਼ਰ ਦਾ, ਤੇ ਤਾਂ ਦੇਹ ਨੂੰ ਸਾਧਣ ਵਾਸਤੇ ਹਨ। ਜੇਤ ਫਰਨ ਜੇ ਕਰੇ ਕੋਏ, ਜਿੰਨਾ ਕੋਈ ਕਰਦਾ ਤੇ ਮਾੜਾ ਮੋਟਾ ਇਸ ਦਾ ਫਲ ਜ਼ਰੂਰ ਮਿਲ ਜਾਂਦਾ, ਰੱਬ ਦਾ ਗਿਆਨ ਨਹੀਂ ਇਸ ਨਾਲ ਹੋ ਸਕਦਾ। ਰੋਕ ਕੁਕਰਮ ਰੱਖੀ ਜੋ ਕਰਨੀ, ਦੂਜਾ ਰਾਜਸੀ ਤਪ ਹੈ ਜੋ ਇੰਦਰੀਆਂ ਵਿਸ਼ਿਆਂ ਵੱਲੋਂ ਸਾਧ ਸੰਗਤ ਜਾਨੀਆਂ ਤੇ ਇਹਨਾਂ ਨੂੰ ਰੋਕਣਾ ਹੈ। ਰਾਜਸ ਸੁਕਰਮ ਧਰਨੀ, ਇਹ ਸਾਧ ਸੰਗਤ ਰਾਜਸੀ ਤਪ ਹੈ ਤੇ ਸ੍ਰੇਸ਼ਟ ਕਰਮਾਂ ਨੂੰ ਧਾਰਨਾ। ਦੂਰਾ ਬੌਰ ਸ਼ਾਂਤ ਕੀ ਤਪ ਇਹ ਹੈ, ਤੀਜਾ ਸ਼ਾਂਤ ਕੀ ਤਪ ਹੈ ਤੇ ਉਸਦਾ ਨਿਰਣਾ ਸੁਣਨਾ ਕਰੋ। ਨਿਤ ਟਕਾਵਨ ਕੀ ਨਾ, ਗਰਤੀ ਸਾਧ ਸੰਗਤ ਟਿਕਾਉਣੀ ਹੈ ਤੇ ਇਸ ਲਈ ਨਾਮ ਸਿਮਰਨ ਦੇ ਵਿੱਚ ਜਾਂ ਕਥਾ ਕੀਰਤਨ ਵਿੱਚ ਗਰਤੀ ਜਿਹੜੀ ਟਿਕਾ ਕੇ ਰੱਖਣੀ, ਇਹਨੂੰ ਸ਼ਾਂਤ ਕੀ ਤਪ ਕਹਿੰਦੇ ਨੇ। ਨੇਮ ਸੰਤੋਖ ਦੂਜੋ ਲਖੋ, ਮਹਾਰਾਜ ਕਹਿੰਦੇ ਦੂਜਾ ਨੇਮ ਹੈ ਸੰਤੋਖ ਤੇ ਇਹ ਵੀ ਸਮਝ ਲਓ। ਵਹਿ ਪ੍ਰਕਾਰ ਸੋਚੀ ਨਾ, ਇਹ ਜਿਹੜਾ ਸੰਤੋਖ ਹੈ ਦੋ ਤਰ੍ਹਾਂ ਦਾ ਹੁੰਦਾ ਹੈ, ਸਮਝ ਲਓ। ਚਾਪੀ ਹੱਥ ਪਦਾਰਥ ਆਵਤ ਨਾਹੀ, ਜਿਸ ਤਰ੍ਹਾਂ ਕਿਸੇ ਦੇ ਹੱਥ ਵਿੱਚ ਕੋਈ ਪਦਾਰਥ ਵਸਤਰ ਤੇ ਧਨ ਤਾਂ ਆਉਂਦਾ ਨਹੀਂ ਹੈ। ਸੰਤੋਖੀ ਅਸੀਂ ਦੁਖ ਪ੍ਰਾਹੀ, ਇਸ ਵਾਸਤੇ ਕਹਿੰਦਾ ਅਸੀਂ ਸੰਤੋਖੀ ਹੁੰਦੇ ਹਾਂ ਤੇ ਮੁੱਖੋਂ ਇਉਂ ਕਹੀ ਜਾਂਦਾ ਪਰ ਯਤਨ ਨਾਲ ਮਿਲਦਾ ਕੁਝ ਨਹੀਂ ਹੈ, ਤੇ ਉੱਤੋਂ ਦਿਖਾਉਣ ਵਾਸਤੇ ਕਹਿੰਦਾ ਅਸੀਂ ਸੰਤੋਖੀ ਹੁੰਦੇ ਹਾਂ। ਤੇਰੇ ਦੇ ਹੱਥ ਨਾ ਹੋਏ, ਇਹੋ ਜਿਹਾ ਸੰਤੋਖ ਦੇ ਨਾਲ ਮਨ ਵਿੱਚ ਕਦੇ ਵੀ ਪ੍ਰਸੰਨਤਾ ਨਹੀਂ ਮਹਾਰਾਜ ਕਹਿੰਦੇ ਹੋ ਸਕਦੇ। ਕੀਰਤ ਕੋ ਚਾਹੇ ਸੋਏ, ਉਹ ਤਾਂ ਬੰਦਾ ਇਸ ਤਰ੍ਹਾਂ ਹੈ ਟੁੱਟੀ ਜੁੱਤੀ ਪਾਲਣੀ ਪਾਟਿਆ ਝੱਗਾ ਪਾਉਣਾ ਤੇ ਇਸ ਤਰ੍ਹਾਂ, ਤੇ ਉਹ ਤਾਂ ਆਪਣੀ ਉਪਮਾ ਵਾਸਤੇ ਸੰਤੋਖ ਉੱਤੋਂ ਧਾਰੀ ਕਰਦਾ ਹੈ। ਦੂਜੇ ਜਥਾ ਲਾਭ ਸੰਤੋਖੂ, ਮਹਾਰਾਜ ਕਹਿੰਦੇ ਦੂਜਾ ਸੰਤੋਖ ਹੈ ਤੇ ਜਿਹੜਾ ਸਾਡੇ ਕਰਮਾਂ ਅਨੁਸਾਰ ਸਾਨੂੰ ਲਾਭ ਧਨ ਦਾ ਪਦਾਰਥਾਂ ਦਾ ਪ੍ਰਾਪਤ ਹੋਣਾ ਹੈ। ਭਾਰਤ ਹੈ ਜੋਗੀ ਬਿਨ ਦੁਖੂ, ਇਸ ਵਾਸਤੇ ਉਸ ਨੂੰ ਹਮੇਸ਼ਾ ਧਾਰਦੇ ਨੇ ਤੇ ਬਿਨਾਂ ਦੋਸ਼ ਤੋਂ ਜੋਗੀ ਲੋਕ ਜੈਸਾ ਲਾਭ ਹੈ ਉਹਦੇ ਵਿੱਚ ਸੰਤੁਸ਼ਟ ਰਹਿਣਾ ਹੈ। ਵਸਤਨਾ ਪ੍ਰਾਪਤ ਤੋਂ ਹਰ ਖਾਈ, ਜੇ ਕਰਕੇ ਕੋਈ ਚੀਜ਼ ਨਹੀਂ ਮਿਲਦੀ ਤੇ ਤਾਂ ਵੀ ਸਾਧ ਸੰਗਤ ਜੀ ਤੇ ਵਸਤ ਪ੍ਰਾਪਤ ਤੋਂ ਹਰ ਖਾਈ, ਜੇ ਵਸਤੂ ਪ੍ਰਾਪਤ ਵੀ ਹੋ ਗਈ ਤੇ ਤਾਂ ਵੀ ਖੁਸ਼ ਰਹਿੰਦੇ ਹਨ। ਜੇ ਪ੍ਰਾਪਤ ਹੋਏ ਤਾਂ ਸੁਖ ਪਾਹੀ, ਇਸ ਵਾਸਤੇ ਕਹਿੰਦੇ ਵਸਤ ਨਾ ਪ੍ਰਾਪਤ ਤੋਂ ਹਰ ਖਾਈ, ਜੇ ਨਹੀਂ ਕੋਈ ਚੀਜ਼ ਵਸਤ ਪ੍ਰਾਪਤ ਹੋਈ ਤਾਂ ਵੀ ਖੁਸ਼ ਰਹਿੰਦੇ, ਜੇ ਪ੍ਰਾਪਤ ਹੋ ਜਾਵੇ ਤਾਂ ਵੀ ਹਮੇਸ਼ਾ ਸੁਖੀ ਰਹਿੰਦੇ ਨੇ, ਇਹਨੂੰ ਸੰਤੋਖ ਕਹਿੰਦੇ ਹਨ। ਦੋਹਰਾ ਵਾਹਿਗੁਰੂ ਕੀ ਰਜਾਏ ਪੈ, ਵਾਹਿਗੁਰੂ ਪਰਮੇਸ਼ਰ ਦੀ ਜਿਸ ਤਰ੍ਹਾਂ ਦੀ ਰਜਾ ਇੱਛਾ ਹੈ ਤੇ ਆਗਿਆ ਹੈ ਉਹਦੇ ਉੱਤੇ ਰੱਖੇ ਮਨ ਸੁਖ ਪਾਏ, ਹਮੇਸ਼ਾ ਪ੍ਰਸੰਨ ਰਹਿੰਦੇ ਤੇ ਮਨ ਦੇ ਵਿੱਚ ਸੁਖ ਪਾਉਂਦੇ ਹਨ। ਈਸ਼ਰ ਆਸਤ ਕੀ ਬੁੱਧ ਹੈ, ਤੀਜਾ ਸਾਧ ਸੰਗਤ ਜੀ ਨੇਮ ਹੈ ਸ਼ਰਧਾ ਵਾਲੀ ਬੁੱਧੀ, ਗੁਰਬਾਹਿ ਦ੍ਰਿੜ ਨਿਸ਼ਚਾਏ, ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪੱਕਾ ਨਿਸ਼ਚਾ ਕਰ ਲੈਣਾ, ਭਰੋਸਾ ਕਰਨਾ ਤੇ ਮੇਰੇ ਭਲੇ ਵਾਸਤੇ ਮਹਾਰਾਜ ਨੇ ਉਚਾਰਨ ਕੀਤੇ ਨੇ। ਚੌਪੀ ਚੌਥੇ ਦਾਨ ਦੇਣ ਕੋ ਦਾਤਾ, ਤੇ ਚੌਥਾ ਨੇਮ ਹੈ ਤੇ ਦਾਨ ਦੇਣਾ ਜਿਹੜਾ ਹੈ, ਤੇ ਇਸ ਲਈ ਜਿਹੜਾ ਦਾਨ ਦਿੰਦਾ ਹੈ ਤੇ ਦਾਨ ਤਿੰਨ ਪ੍ਰਕਾਰ ਦਾ ਮੰਨਿਆ ਗਿਆ। ਕਾਮਰਾਜੀ ਸਤ ਗੁਣ ਤੇ ਤ੍ਰੈ ਫਾਤਾ, ਇੱਕ ਰਜੋ ਗੁਣੀ ਦਾਨ ਹੁੰਦਾ, ਇੱਕ ਤਮੋ ਗੁਣੀ ਦਾਨ ਹੁੰਦਾ ਤੇ ਇੱਕ ਸਤੋ ਗੁਣੀ ਦਾਨ ਹੁੰਦਾ, ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ। ਕਲੇ ਕ੍ਰੋਧ ਸੋ ਬਿਨਾਂ ਸੁਭ ਕਾਲਾ, ਇੱਕ ਤਾਂ ਸਾਧ ਸੰਗਤ ਜੀ ਦਾਨ ਹੈ ਤੇ ਬਿਨਾਂ ਹੀ ਸਮੇਂ ਤੋਂ ਸਮਾਂ ਵੀ ਕੋਈ ਚੰਗਾ ਨਾ ਵੇਖਣਾ, ਤੇ ਜੇ ਕੋਈ ਲੈਣ ਵਾਲੇ ਚਲੇ ਵੀ ਗਏ ਤੇ ਉਹਨਾਂ ਨਾਲ ਲੜ ਪੈਣਾ ਤੇ ਗੁੱਸੇ ਹੋ ਕੇ ਦੇਣਾ, ਤੇ ਔਰ ਉਹਨਾਂ ਨੂੰ ਮੁੱਕਰ ਵੀ ਨਹੀਂ ਸਕਦਾ ਵੀ ਪ੍ਰਤਿਸ਼ਠਿਤ ਬੰਦੇ ਨੇ, ਪਰ ਦੇਣ ਨੂੰ ਚਿੱਤ ਨਹੀਂ ਕਰਦਾ, ਉਹਨਾਂ ਨਾਲ ਲੜ ਪੈਂਦਾ ਹੈ, ਗੁੱਸੇ ਹੋ ਕੇ ਦਾਨ ਦੇਣਾ। ਦੇ ਤਾਮਸੀ ਰੀਤ ਮਸਾਲਾ, ਮਹਾਰਾਜ ਕਹਿੰਦੇ ਇਹੋ ਜਿਹਾ ਦਾਨ ਦਿੱਤਾ ਹੋ ਜਾ ਉਹਨੂੰ ਤਾਮਸੀ ਰੀਤੀ ਵਾਲਾ ਦਾਨ ਕਹਿੰਦੇ ਆ। ਜਸ ਹੇਤ ਦੇ ਦੱਸੋ ਜੋ ਦਾਨਾ, ਦੂਜਾ ਸਾਧ ਸੰਗਤ ਜੀ ਇੱਕ ਬੰਦੇ ਉਹ ਨੇ ਜਿਹੜਾ ਆਪਣੀ ਮਹਿਮਾ ਤੇ ਜਸ ਕਰਾਉਣ ਵਾਸਤੇ ਦਾਨ ਦਿੰਦੇ ਆ। ਰਾਜਸੀ ਫਲ ਲੱਗ ਜਾਣਾ, ਮਹਾਰਾਜ ਕਹਿੰਦੇ ਉਸ ਨੂੰ ਰਾਜਸੀ ਦਾਨ ਕਹਿੰਦੇ ਆ ਤੇ ਉਸ
ਦਾ ਫਲ ਜਿਹੜਾ ਅਲੱਗ ਛੋਟਾ ਹੁੰਦਾ ਜਾਣ ਲਓ। ਹਰ ਕੇ ਬਣੇ ਦੇ ਨਰ ਦੇਖੀ। ਇਸੇ ਤਰ੍ਹਾਂ ਸਾਧ ਸੰਗ ਜੀ ਚੰਗਾ ਬੰਦਾ ਦੇਖ ਕੇ ਤੇ ਚੰਗੇ ਸੁਭਾਅ ਵਾਲਾ ਤੇ ਫਿਰ ਉਸ ਨੂੰ ਬੇਨਤੀ ਕਰਕੇ ਜੋ ਦੇਣਾ ਹੈ ਸ਼ਾਂਤੀ ਫੰਤ ਵਸੇਖੀ। ਮਹਾਰਾਜ ਕਹਿੰਦੇ ਸ਼ਾਂਤੀ ਦਾਨ ਹੈ ਤੇ ਇਹਦਾ ਬਹੁਤਾ ਫਲ ਹੁੰਦਾ ਹੈ। ਦੋਹਰਾ ਵਾਹਿਗੁਰੂ ਕੋ ਜਾਣ ਕਾ ਵਾਹਿਗੁਰੂ ਪਰਮੇਸ਼ਰ ਦਾ ਸਭ ਕੁਝ ਦਿੱਤਾ ਹੋਇਆ ਪਦਾਰਥ ਜਾਣ ਕੇ ਪਦਾਰਥ ਦੇ ਇਸ ਢੰਗ ਦੇ ਨਾਲ ਆਪਣੇ ਪਦਾਰਥਾਂ ਨੂੰ ਦਿੰਦਾ ਹੈ। ਤਨਕ ਆਪਣਾ ਮਨ ਤੇ ਤਨਕ ਥੋੜੇ ਮਾਤਰ ਵੀ ਆਪਣਾ ਨਹੀਂ ਮੰਨਦਾ ਵੀ ਵਾਹਿਗੁਰੂ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ। ਅਖੇ ਫਲ ਲੈ ਮਹਾਰਾਜ ਕਹਿੰਦੇ ਐਸੇ ਸੁਭਾਅ ਨੂੰ ਧਾਰਨ ਵਾਲਾ ਬੰਦਾ ਤੇ ਫਿਰ ਅਖੈ ਫੜ ਲੈਂਦਾ ਭਾਵ ਕਿ ਉਹ ਫਲ ਘਟਦਾ ਨਹੀਂ ਹੈ ਨਾਸ ਨਹੀਂ ਹੁੰਦਾ ਬਹੁਤਾ ਫੜ ਲੈਂਦਾ ਹੈ। ਚੌਪੀ ਦਰਬ ਕਦੋਂ ਵਿਦਿਆ ਕਹੋ ਦਾਨਾ ਚਾਹੇ ਤਾਂ ਸਾਧ ਸੰਗ ਜੀ ਧਨ ਦਾ ਦਾਨ ਬੰਦਾ ਦਿੰਦਾ ਨਿਰਮਾਣ ਹੋ ਕੇ ਚਾਹੇ ਕੋਈ ਉਹਦੇ ਪਾਸ ਗੁਣ ਹੈ ਕੋਈ ਵਿਦਿਆ ਹੈ ਤੇ ਉਹ ਗਾਂਹ ਪੜਾਉਂਦਾ ਹੈ ਬ੍ਰਹਮ ਵਿਦਿਆ ਦਾ ਦਾਨ ਦਿੰਦਾ। ਜੇ ਸ਼ਾਨ ਕੀ ਹੋਇਆ ਨਿਰਮਾਣਾ ਤੇ ਨਿਰਮਾਣ ਹੋ ਕੇ ਮਾਣ ਤੋਂ ਰਹਿਤ ਹੋ ਕੇ ਦਿੰਦਾ ਤੇ ਉਸ ਨੂੰ ਸ਼ਾਂਤ ਕੀ ਦਾਨ ਕਹਿੰਦੇ ਨੇ। ਦੇਖੋ ਫਲੋ ਐ ਮੈਤੀ ਵਿਸਾਲਾ ਮਹਾਰਾਜ ਕਹਿੰਦੇ ਇਸ ਦਾ ਫਲ ਜਿਹੜਾ ਮਿਣਤੀ ਤੋਂ ਰਹਿਤ ਹੁੰਦਾ ਮਿਣਿਆ ਨੀ ਜਾਂਦਾ ਬਹੁਤ ਵੱਡਾ ਫਲ ਹੁੰਦਾ ਹੈ। ਵੇਦ ਸੰਤ ਭਾਗਤ ਇਸ ਢਾਲਾ ਤੇ ਚਾਰੇ ਵੇਦ ਵੀ ਸੰਤ ਵੀ ਇਸ ਢਾਲਾ ਤਰੀਕੇ ਨਾਲ ਕਹਿੰਦੇ ਹਨ। ਪੂਜਾ ਮਨ ਕਰ ਕਰਨੀ ਪੰਜਵਾਂ ਸਾਹਿਬ ਸੰਗ ਜੀ ਨੇਮ ਹੈ ਤੇ ਮਨ ਕਰਕੇ ਪੂਜਾ ਕਰਨੀ ਇਸ ਨੂੰ ਮਾਨਸੀ ਪੂਜਾ ਕਹਿੰਦੇ ਨੇ। ਹਿਰਦੇ ਭਾਵਨੀ ਗੁਰਮੈ ਧਰਨੀ ਆਪਣੇ ਹਿਰਦੇ ਦੀ ਸ਼ਰਧਾ ਜਿਹੜੀ ਗੁਰੂ ਦੇ ਉੱਤੇ ਟਿਕਾ ਕੇ ਰੱਖਣੀ ਹੈ। ਸਫਲੀ ਪੂਜਾ ਹੋਵਤ ਤਾਂ ਕੀ ਮਹਾਰਾਜ ਕਹਿੰਦੇ ਉਸ ਬੰਦੇ ਦੀ ਪੂਜਾ ਕੀਤੀ ਹੋਈ ਫਲੀ ਭੂਤ ਹੋ ਜਾਂਦੀ ਹੈ। ਸਦਾ ਭਾਵਨੀ ਸੋ ਮਤ ਜਾਕੀ ਜਿਸ ਦੀ ਹਮੇਸ਼ਾ ਸ਼ਰਧਾ ਤੇ ਭਾਵਨਾ ਦੇ ਨਾਲ ਮਤ ਭਿੱਜੀ ਹੋਈ ਹੈ। ਦੋਹਰਾ ਸ਼ਠਮ ਨੇਮ ਨੇ ਜੀ ਗੁਰ ਸ਼ਬਦ ਸੇਵਾ ਸਾਹਿਬ ਸੰਗ ਜੀ ਨੇਮ ਦਾ ਹਿੱਸਾ ਹੈ ਜੋ ਗੁਰੂ ਸਾਹਿਬ ਦਾ ਸ਼ਬਦ ਹੈ ਆਪਣੇ ਗੁਰਾਂ ਦਾ ਤਾਂ ਕਿ ਜੇ ਅਨੁਸਾਰੀ ਜਿਹੜਾ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਦਾ ਹੈ ਦੇਖੋ ਪੜ੍ਹੈ ਸੁਣੈ ਤੈਨਾ ਤੇ ਉਸੇ ਸ਼ਬਦ ਨੂੰ ਪੜ੍ਹੀ ਜਾਂਦਾ ਤੇ ਉਸੇ ਗੁਰੂ ਦੇ ਸ਼ਬਦ ਨੂੰ ਸੁਣੀ ਜਾਂਦਾ ਹੈ ਤਿਨਕੋ ਕਰੇ ਵਿਚਾਰ ਉਸੇ ਸ਼ਬਦ ਦੀ ਵਿਚਾਰ ਕਰੀ ਜਾਂਦਾ ਹੈ। ਚੌਪੀ ਗੁਰੂ ਸਿਧਾਂਤ ਬਿਨਾਂ ਜੋ ਆਨਾ ਤੇ ਗੁਰੂ ਦਾ ਜਿਹੜਾ ਸਿਧਾਂਤ ਹੈ ਤੇ ਉਸ ਤੋਂ ਬਿਨਾਂ ਹੋਰ ਕੋਈ ਸਿਧਾਂਤ ਹੈ ਹੋਰ ਕੋਈ ਮਤ ਹੈ ਹੋਰ ਕੋਈ ਖਿਆਲ ਮਨ ਜਿਨਕੇ ਬਚਨ ਸੁਣੇ ਨਾ ਕਾਨਾ ਕਹਿੰਦੇ ਉਹਨਾਂ ਦੇ ਵਚਨ ਨਾ ਕੰਨਾਂ ਵਿੱਚ ਸੁਣੇ ਗੁਰੂ ਦੀ ਬਾਣੀ ਗੁਰੂ ਦੇ ਮਤ ਦੇ ਵਚਨ ਸੁਣਨਾ ਕਰੇ ਸਭ ਤੋਂ ਪੜੇ ਸੁਣੇ ਜੇ ਰੀਤੀ ਸਤਿਮਾਨ ਸਾਹਿਬ ਸੰਗ ਜੀ ਜਿਸ ਤਰ੍ਹਾਂ ਪੜ੍ਹਦਾ ਤੇ ਸੁਣਦਾ ਜਿਸ ਢੰਗ ਦੇ ਨਾਲ ਵਰਤੇ ਤੇ ਅਨੁਸਾਰ ਸਹਿ ਪ੍ਰੀਤੀ ਫਿਰ ਉਹਦੀ ਵਰਤੋਂ ਵੀ ਸਹਿਜ ਪ੍ਰੀਤੀ ਦੇ ਕਰੇ ਆਪਣੀ ਜ਼ਿੰਦਗੀ ਵਿੱਚ ਉਸੇ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਣਾਉਣਾ ਕਰੇ ਬਿਨਾਂ ਦੰਭ ਹੀ ਗੁਰੂ ਸ਼ਬਦ ਕਮਾਵਣਾ ਤੇ ਬਿਨਾਂ ਪਖੰਡ ਤੋਂ ਦਿਖਾਵੇ ਕੋਈ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਕਰੇ ਕਰੇ ਸਦਾ ਵਹਿ ਤਨ ਮਨ ਪਾਵਨ ਤੇ ਜਿਹੜਾ ਇਸ ਤਰ੍ਹਾਂ ਕਰਦਾ ਤੇ ਮਹਾਰਾਜ ਕਹਿੰਦੇ ਉਹ ਮਨ ਤੇ ਸਰੀਰ ਕਰਕੇ ਪਵਿੱਤਰ ਹੋ ਜਾਂਦਾ ਹੈ। ਅਸ਼ਟਮ ਬ੍ਰਿਤੀ ਸ਼ਾਂਤ ਕੀ ਰਾਖਾ ਅੱਠਵਾਂ ਨੇਮ ਸਾਹਿਬ ਸੰਗ ਜੀ ਆਪਣੀ ਬਿਰਤੀ ਜਿਹੜੀ ਉਹਨੂੰ ਸ਼ਾਂਤੀ ਸਤੋ ਗੁਣੀ ਰੱਖਣਾ ਕਰੇ ਨਿਵ ਚੱਲਣਾ ਮਦਰੀ ਮੁਖ ਪਾਕੇ ਹਮੇਸ਼ਾ ਨਿਮਰਤਾ ਦੇ ਚੱਲਣਾ ਕਰੇ ਤੇ ਮਿੱਠੀ ਬਾਣੀ ਮੁਖੋਂ ਉਚਾਰਨ ਕਰੇ ਨਾਮੋ ਨੇਮ ਪਾਠ ਜੋ ਕਰਨਾ ਤੇ ਨਾਵਾਂ ਨੇਮ ਦਾ ਸਾਹਿਬ ਸੰਗ ਜੀ ਹਿੱਸਾ ਹੈ ਜਿਹੜਾ ਪਾਠ ਕਰਨਾ ਹੈ ਤੇ ਮੈਂ ਅਪਰ ਨਾ ਬਚਨੇ ਉਚਾਰਨਾ ਤੇ ਫਿਰ ਉਸ ਦੇ ਅੰਦਰ ਹੋਰ ਕੋਈ ਬਚਨ ਨਾ ਉਚਾਰਨਾ ਕਰੇ ਦਸਵੇਂ ਹੋਮ ਅਗਨ ਜੋ ਕਰਹੀ ਤੇ ਦਸਵਾਂ ਸਾਹਿਬ ਸੰਗ ਜੀ ਹੋਮ ਹੈ ਅਗਨੀ ਦੇ ਹਮਨ ਕਰਨਾ ਕਿਉਂਕਿ ਕਸ਼ਟ ਯੋਗ ਦਾ ਇੱਕ ਹਿੱਸਾ ਹੈ ਸੁਰ ਪ੍ਰਸੰਨ ਹਿਤ ਮਨਸਾ ਧਰਹੀ ਕਈ ਲੋਕ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਇੱਛਾ ਧਰਦੇ ਹਨ ਸਿੱਖ ਸੁਦਾ ਧਰ ਕੇ ਮੁਖ ਪਾਵਨ ਮਹਾਰਾਜ ਕਹਿੰਦੇ ਇੱਧਰ ਸਿੱਖੀ ਵਿੱਚ ਜਿਹੜਾ ਭੁੱਖੇ ਮੁਖ ਭੁੱਖੇ ਸਿੱਖ ਦੇ ਮੂੰਹ ਦੇ ਵਿੱਚ ਪਾਉਣਾ ਹੈ ਬ੍ਰਹਮ ਹੋਮ ਇਹ ਭਲੋ ਸੁਹਾਵਨ ਮਹਾਰਾਜ ਕਹਿੰਦੇ ਸਿੱਖੀ ਵਿੱਚ ਇਹੀ ਬ੍ਰਹਮ ਹਮਨ ਹੈ ਜਿਹੜਾ ਭੁੱਖੇ ਸਿੱਖ ਦੇ ਮੂੰਹ ਵਿੱਚ ਪਦਾਰਥ ਪਾਉਣਾ ਹੈ ਵਾਹਿਗੁਰੂ ਕੋ ਕਰੇ ਉਚਾਰਾ ਤੇ ਜਿਸ ਵੇਲੇ ਭੋਜਨ ਛਕਣਾ ਹੈ ਤੇ ਵਾਹਿਗੁਰੂ ਮੁਖੋਂ ਉਚਾਰਨ ਕਰੇ ਪਾਛੇ ਮੁਖ ਪਾਏ ਆਹਾਰਾ ਤੇ ਉਸ ਤੋਂ ਪਿੱਛੋਂ ਆਪਣੇ ਮੁਖ ਦੇ ਭੋਜਨ ਦੀ ਗਰਾਸ ਜਿਹੜੀ ਪਾਉਣਾ ਕਰੇ ਬਦਨ ਦੇਵਤਾ ਭਾਵਕ ਕਹੀਏ ਕਹਿੰਦੇ ਨੇ ਕਿ ਇਹ ਜਿਹੜਾ ਦੇਵਤੇ ਦਾ ਬਦਨ ਮੁਖ ਹੈ ਅਗਨੀ ਕਹਿੰਦੇ ਨੇ ਹਿੰਦੂ ਮਤ ਵਿੱਚ ਦੇਵਤੇ ਦਾ ਨੂੰ ਆਗੀ ਹੈ ਸਰਬ ਸੁਰਨ ਕੀ ਜੇਵਾ ਲਈਏ ਸਾਰੇ ਦੇਵਤਿਆਂ ਦੀ ਇਹ ਜਿਹੜੀ ਅਗਨੀ ਹੈ ਜਵਾਨ ਹੈ ਸਮਝੀ ਜਾਂਦੇ ਪ੍ਰਸੰਨ ਸੰਗ ਸੁਰ ਸਾਰੇ ਮਹਾਰਾਜ ਕਹਿੰਦੇ ਜਿਸ ਵੇਲੇ ਵਾਹਿਗੁਰੂ ਪ੍ਰਸੰਨ ਹੋ ਗਿਆ ਵਾਹਿਗੁਰੂ ਕਹਿ ਕੇ ਮੂੰਹ ਚ ਭੋਜਨ ਪਾ ਲਓ ਰੱਬ ਪ੍ਰਸੰਨ ਹੋ ਗਿਆ ਤੇ ਨਾਲ ਹੀ ਸਾਰੇ ਦੇਵਤੇ ਪ੍ਰਸੰਨ ਹੋ ਗਏ ਤ੍ਰਿਪਤ ਹੋਤ ਹਰ ਨਾਮ ਉਚਾਰੇ ਵਾਹਿਗੁਰੂ
ਪਰਮੇਸ਼ਰ ਦੇ ਨਾਮ ਦੇ ਉਚਾਰਨ ਕਰਕੇ ਸਾਰੇ ਤ੍ਰਿਪਤ ਹੋ ਜਾਂਦੇ ਆ। ਦੋਰਾ ਤ੍ਰਿਤੀ ਹੋਮ ਹੈ ਗਿਆਨ ਕਾ, ਨਾਰਦ ਕਹਿੰਦੇ ਤੀਜਾ ਹਵਨ ਦਾ ਹਿੱਸਾ ਹੈ ਉਹ ਹੈ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਹਵਨ ਹੈ। ਰਸੀ ਕੇ ਦਰਬ ਕਹਿੰਦੇ ਰਕੀਕ ਇੰਦਰੀਆਂ ਦਾ ਨਾਂ ਹੈ, ਤੇ ਇਸ ਵਾਸਤੇ ਇੰਦਰੀਆਂ ਦੇ ਦਰਬ ਜਿਹੜੇ ਗੁਣ ਨੇ ਅੱਗੇ ਤੇ ਉਹਨਾਂ ਦੇ ਜਿਹੜੇ ਰਸ ਨੇ ਜਾਂ ਰਕੀਕ ਰਸ ਰਕੀਕ ਕੇ ਦਰਬ, ਇਸੇ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਆਪਣੇ ਇੰਦਰੀਆਂ ਦੇ ਰਸ ਜਿਹੜੇ ਆ ਤੇ ਇੰਦਰੀਆਂ ਦੇ ਰਸਾਂ ਵਿੱਚ ਦਰਬ ਨਾਮ ਜਿਹੜਾ ਢਾਲਣਾ ਹੈ ਤੇ ਔਰ ਫਿਰ ਨਾਲ ਜਿਹੜੀ ਤਨ ਦੀ ਹੋਮੈ ਹੈ, ਮਹਾਰਾਜ ਕਹਿੰਦੇ ਗਿਆਨ ਅਗਨਮੈ ਹੋਮਹੀ, ਤੇ ਜਿਹੜੀ ਗਿਆਨ ਬ੍ਰਹਮ ਗਿਆਨ ਦੀ ਅਗਨੀ ਹੈ ਤੇ ਇਹਦੇ ਚ ਕਹਿੰਦੇ ਨੂੰ ਹਮਨ ਕਰ ਦੇਵੇ ਫੂਕ ਦੇਵੇ ਮਨ ਹੰਤਾ ਆਦਿਕ ਸਰਬ, ਸਰੀਰ ਦੀ ਹੋਮੈ ਤੋਂ ਆਦ ਲੈ ਕੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਇੰਦਰੀਆਂ ਦੇ ਰਸਾਂ ਵਿੱਚ ਢਾਲਣਾ ਹੈ ਤੇ ਸਭ ਕੁਛ ਵਿਸ਼ਿਆਂ ਦੀ ਵਾਸ਼ਨਾ ਤੇ ਬ੍ਰਹਮ ਅਗਨੀ ਦੇ ਵਿੱਚ ਇਸਦਾ ਹਮਨ ਕਰ ਦੇਵੇ। ਕਿਉਂਕਿ ਦਸ ਪ੍ਰਕਾਰ ਇਹ ਨੇਮ ਗਣਾਵਾ, ਦਸ ਤਰ੍ਹਾਂ ਦਾ ਇਹ ਨੇਮ ਹੈ ਗਣਾਵਾ ਗਣਿਆ। ਅਸ਼ਟ ਯੋਗ ਦੁੱਧ ਅੰਗ ਸੁਹਾਵਾ, ਇਹ ਹੱਠ ਯੋਗ ਦਾ ਦੂਜਾ ਅੰਗ ਸੋਭਨੀਕ ਹੈ। ਅੰਗ ਤੀਸਰੋ ਦੇਸ਼ ਹੈ ਕੰਤੇ, ਤੀਜਾ ਇਸਦਾ ਅੰਗ ਹਿੱਸਾ ਹੈ ਕਿ ਅਕਾਂਤ ਦੇਸ਼ ਹੋਣਾ ਚਾਹੀਦਾ, ਅਕਾਂਤ ਬਾਜੂ ਮੰਡਲ ਹੋਣਾ ਚਾਹੀਦਾ ਹੈ। ਨਰਬਤੀ ਸੁਨੇ ਨਾ ਤਾਂ ਬਸੰਤੇ, ਜਿੱਥੇ ਬੰਦਿਆਂ ਦੇ ਬਚਨ ਨਾਲ ਸੁਣਾਈ ਦੇਣ ਤੇ ਉੱਥੇ ਵਸਣਾ ਰਹਿਣਾ ਕਰੇ ਭਾਵ ਕਿ ਉੱਥੇ ਟਿਕੇ ਉਸ ਵੇਲੇ। ਉੱਥੋਂ ਅੰਗ ਯੋਗ ਦਾ ਆਸਨ, ਤੇ ਚੌਥਾ ਸਾਧ ਸੰਗ ਜੀ ਯੋਗ ਦਾ ਅੰਗ ਜਿਹੜਾ ਹਿੱਸਾ ਉਹ ਆਸਣ ਹੈ। ਵੇਦ ਜੋਗੀ ਸਿਰ ਕਰਹੀ ਪਾਸਨ, ਤੇ ਚਾਰੇ ਵੇਦ ਤੇ ਜੋਗੀਆਂ ਦੇ ਈਸ਼ਰ ਜਿਹੜੇ ਨੇ ਤੇ ਉਹ ਕਹਿੰਦੇ ਹਨ ਜਿਤੇ ਜੀਵ ਜਗਤ ਮੈਂ ਜਾਣਾਂ, ਤੇ ਜਿੰਨੇ ਸਾਧ ਸੰਗ ਜੀ ਸੰਸਾਰ ਦੇ ਅੰਦਰ ਜੀਵ ਹਨ ਜਾਣ ਲਓ, ਆਸਨ ਤੇ ਹੀ ਪਰਮਾਨ ਤੇ ਜਿੱਥੇ ਉਹ ਬਹਿੰਦੇ ਆ ਜਿੱਥੇ ਟਿਕਦੇ ਨੇ ਜਾ ਕੇ ਉਨੇ ਉਹਨਾਂ ਦੇ ਆਸਣ ਨੇ। ਜੇ 84 ਲੱਖ ਜੀਵ ਨੇ ਤੇ 84 ਲੱਖ ਹੀ ਆਸਣ ਹਨ ਜਾਣ ਲਓ। ਜਿੰਤੇ ਜੁਗਮ ਸਰੋਵਣ ਬੀਨੇ, ਤੇ 84 ਲੱਖ ਵਿੱਚੋਂ ਕੋਈ 84 ਆਸਣ ਮੁੱਖ ਮੰਨੇ ਹੋਏ ਆ ਤੇ 84ਆਂ ਦੇ ਵਿੱਚੋਂ 16 ਮੁੱਖ ਮੰਨੇ ਹੋਏ ਤੇ 16 ਦੇ ਵਿੱਚੋਂ ਸਾਧ ਸੰਗ ਜੀ 4 ਆਸਣ ਮੁੱਖ ਮੰਨੇ ਹੋਏ ਆ, ਜਿਹਦੇ ਵਿੱਚ ਕੁਰਕਟ ਆਸਣ ਹੈ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਮਯੂਰ ਆਸਣ ਹੈ, ਜਿਵੇਂ ਕੁੱਕੜ ਬਹਿੰਦਾ ਹੈ, ਜਿਵੇਂ ਮੋਰ ਬਹਿੰਦਾ ਹੈ, ਤੇ ਇੱਕ ਸਿੱਧ ਆਸਣ ਤੇ ਪਦਮ ਆਸਣ। ਕਿਉਂ ਦੇ ਚੋਂ ਫਿਰ 2 ਮੁੱਖ ਮੰਨੇ, ਇੱਕ ਸਿੱਧ ਆਸਣ ਹੈ ਇੱਕ ਪਦਮ ਆਸਣ ਹੈ ਜਾਣ ਲਓ। ਮਹਾਂਪੁਰਖ ਹਿਤਕਾਰੀ ਸੋਨੀਨੇ, ਤੇ ਮਹਾਂਪੁਰਖ ਜਿਹੜੇ ਤੇ ਉਹਨਾਂ ਨੇ ਹਿਤ ਕਰਕੇ ਆਸਣ ਇਹ ਗ੍ਰਹਿਣ ਕੀਤੇ ਹਨ। ਸਿੱਧ ਆਸਣ ਪਦਮ ਆਸਣ ਦੋ, ਇੱਕ ਸਿੱਧ ਆਸਣ ਹੈ ਤੇ ਦੂਜਾ ਪਦਮ ਆਸਣ ਹੈ ਜਾਣ ਲਓ। ਜਿਹਨੇ ਜੇ ਲੱਛਣ ਸੁਣੀਏ ਸੋ, ਤੇ ਇਹਨਾਂ ਦੇ ਲੱਛਣ ਨਿਸ਼ਾਨੀਆਂ ਜਿਹੜੀਆਂ ਤੇ ਸੁਣਨਾ ਕਰੋ। ਚਿਤ ਕਸ਼ੂ ਖੋਦ ਮਿਰਦੁਲ ਤ੍ਰਿਣ ਪਾਏ, ਕਹਿੰਦੇ ਧਰਤੀ ਨੂੰ ਕੁਝ ਟੋਆ ਪੁੱਟ ਕੇ ਤੇ ਉਹਦੇ ਚ ਨਰਮ ਕੱਖ ਜਿਹੜੇ ਵਿਛਾ ਕੇ, ਵੈਸੇ ਪੁਨ ਪਤੀ ਬਿਮਲ ਵਿਛਾਏ, ਉਹਦੇ ਉੱਤੇ ਚਿੱਟਾ ਵਸਤਰ ਵਿਛਾ ਕੇ ਤੇ ਉਸਦੇ ਉੱਤੇ ਬੈਠਣਾ ਕਰੇ। ਵੈ ਪਾਵਨ ਨਾ ਅੰਗ ਡੁਲਾਏ, ਤੇ ਸਰੀਰ ਕਰਕੇ ਪਵਿੱਤਰ ਹੋਵੇ ਤੇ ਆਪਣੇ ਅੰਗਾਂ ਨੂੰ ਡੁਲਾਉਣਾ ਨਾ ਕਰੇ। ਨਾਮ ਪੈਰ ਸੋ ਗੁਦਾ ਦਵਾਏ, ਜਿਹੜਾ ਸਾਧ ਸੰਗ ਜੀ ਖੱਬਾ ਪੈਰ ਹੈ ਤੇ ਇਸ ਵਾਸਤੇ ਇਸ ਦੇ ਨਾਲ ਤੇ ਸਾਧ ਸੰਗਤ ਜੀ ਆਪਣਾ ਜੋ ਮੂਲ ਬੰਧ ਹੈ ਤੇ ਇਸ ਨੂੰ ਕਹਿੰਦੇ ਨੇ ਤੇ ਔਰ ਉਸਨੂੰ ਦਬਾਉਣਾ ਕਰੇ, ਤੇ ਭਾਵ ਕਿ ਜਿਹੜਾ ਇਹ ਪੈਰ ਹੈ ਤੇ ਉਸਦੇ ਨਾਲ ਸਾਧ ਸੰਗਤ ਜੀ ਇਸ ਨੂੰ ਖੱਬੇ ਪੈਰ ਦੇ ਨਾਲ ਦਬਾਉਣਾ ਕਰੇ। ਪੂਰਾ ਇੰਦਰੀ ਪਰ ਦਹਿਨ ਉਤਰੇ, ਸੱਜਾ ਪੈਰ ਜਿਹੜਾ ਸਾਧ ਸੰਗਤ ਜੀ ਕਾਮ ਕੁੰਡੇ ਦੇ ਉੱਤੇ ਰੱਖਣਾ ਕਰੇ, ਨਾਸਕਾ ਧਿਆਨ ਤੇ ਨਾਸਾਂ ਦੇ ਅੱਗੇ ਧਿਆਨ ਰੱਖਣਾ ਹੈ। ਸਿੱਧ ਆਸਣ ਏਕੋ ਫਨ, ਇਸ ਨੂੰ ਸਾਧ ਸੰਗਤ ਜੀ ਸਿੱਧ ਆਸਣ ਕਹਿੰਦੇ ਹਨ। ਯੋਗੀ ਕਰਤੀ ਸੁਜਾਨ, ਜਿਹੜੇ ਸਿਆਣੇ ਯੋਗੀ ਨੇ ਤੇ ਉਹ ਇਹ ਆਸਣ ਨੂੰ ਕਰਦੇ ਨੇ, ਤੇ ਖੱਬੇ ਤੇ ਸੱਜੇ ਪੈਰ ਦੀ ਸਾਰੀ ਵਿਚਾਰ ਹੈ। ਦੋ ਹੀ ਰਸਤੇ ਨੇ, ਮਲ ਤੇ ਮੂਤਰ ਦੇ ਰਸਤੇ। ਮਲ ਦੇ ਰਸਤੇ ਦੇ ਉੱਤੇ ਖੱਬੀ ਅੱਡੀ ਰੱਖਣੀ ਹੈ, ਇਹਨੂੰ ਜਲੰਧਰ ਬੰਦ ਕਹਿੰਦੇ ਆ, ਤੇ ਔਰ ਸਾਧ ਸੰਗਤ ਜੀ ਦੂਜਾ ਤੇ ਉਹਦੇ ਉੱਤੇ ਸੱਜੀ ਅੱਡੀ ਰੱਖਣੀ ਹੈ, ਤੇ ਇਸ ਲਈ ਤੇ ਔਰ ਨਾਸਕਾਂ ਦਾ ਜਿਹੜਾ ਧਿਆਨ ਹੈ ਨੱਕ ਦੀ ਕੁੰਬਲੀ ਉਹ ਕਰਨਾ, ਇਹਨੂੰ ਸਿੱਧ ਆਸਣ ਕਹਿੰਦੇ ਨੇ। ਇਹਨੂੰ ਜਲੰਧਰ ਬੰਦ ਤੇ ਮੂਲਾ ਬੰਦ ਇਹਨਾਂ ਦੇ ਨਾਮ ਕਹੇ ਹਨ। ਚੌਪੀ ਦਾਏ ਪੱਗ ਪਾਰੀ ਧਰ ਕਰ ਬਾਵਾਂ, ਦਾਏ ਤੇ ਦਾਏ ਪੱਗ ਪਰ ਧਰ ਕਰ ਬਾਵਾਂ, ਤੇ ਦਾਇਆ ਜਿਹੜਾ ਸਾਧ ਸੰਗਤ ਜੀ
ਪੱਟ ਹੈ, ਇਹਦੇ ਉੱਤੇ ਸੱਜਾ ਪੈਰ ਰੱਖ ਕੇ ਬਾਵੇਂ ਪਰ ਕਰੀ ਦੈਨ ਟਕਾਵਾ, ਤੇ ਖੱਬੇ ਪੱਟ ਦੇ ਉੱਤੇ ਜਿਹੜਾ ਸੱਜਾ ਪੈਰ ਉਸਨੂੰ ਟਿਕਾਉਣਾ ਕਰੇ, ਦੋਨੋਂ ਭੁਜਾ ਕੰਡ ਕਰ ਪਾਛੇ, ਤੇ ਦੋਵੇਂ ਜਿਹੜੀਆਂ ਭੁਜਾ ਨੇ ਆਪਣੇ ਕੰਡ ਦੇ ਪਿੱਛੇ ਦੀ ਲਿਆਉਣੀਆਂ ਨੇ ਕਰਕੇ, ਗਏ ਅੰਗੂਠੇ ਪਾਗੀ ਜਿੱਡ ਆਛੇ, ਤੇ ਇਹ ਜਿਹੜੇ ਸਾਧ ਸੰਗਤ ਜੀ ਦੋਹਾਂ ਪੈਰਾਂ ਦੇ ਅੰਗੂਠੇ ਆ, ਤੇ ਇਹਨਾਂ ਨੂੰ ਫੜਨਾ ਹੈ ਜਿਵੇਂ ਖੱਬਾ ਹੱਥ ਪਿੱਛੋਂ ਲਿਆ ਕੇ, ਤੇ ਇਸ ਤਰ੍ਹਾਂ ਜਿਹੜਾ ਆ ਆਪਣੇ ਸਾਧ ਸੰਗਤ ਜੀ ਪੈਰ ਉਹਦਾ ਅੰਗੂਠਾ, ਤੇ ਇਸੇ ਤਰ੍ਹਾਂ ਜਿਹੜਾ ਸੱਜਾ ਹੱਥ ਹੈ ਉਹ ਲਿਆ ਕੇ ਪਿੱਛੋਂ ਤੇ ਸੱਜੇ ਦਾ ਅੰਗੂਠਾ ਫੜਨਾ, ਇਹਨੂੰ ਪਦਮ ਆਸਣ ਕਹਿੰਦੇ ਨੇ। ਤੇ ਜਿਹੜਾ ਇਹ ਆਸਣ ਕਰ ਲੈਂਦਾ ਕੁਝ ਸਮਾਂ ਉਹਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੇ, ਔਰ ਇਹਨਾਂ ਦੇ ਗੁਣ ਵੀ ਲਿਖੇ ਹੋਏ ਆਸਣ ਕਰਨ ਦੇ, 84 ਤਰ੍ਹਾਂ ਦੇ ਯੋਗੀ ਆਸਣ ਕਰਦੇ ਹਨ। ਕਹਿੰਦੇ ਧਰਤੀ ਦਾ ਤੇ ਜਾਂ ਨਸਾਂ ਦਾ ਧਿਆਨ ਜਿਹੜਾ ਕਰਨਾ ਕਰੇ, ਵੈਸੇ ਪਦਮ ਆਸਣ ਜਾਣਾ, ਇਸ ਤਰ੍ਹਾਂ ਤੇ ਜਿਹੜਾ ਕਰਕੇ ਬਹਿੰਦਾ ਹੈ ਤੇ ਉਹਨੂੰ ਸਾਧ ਸੰਗਤ ਜੀ ਜੇ ਤਾਂ ਅੰਗੂਠੇ ਫੜ ਲਵੇ ਤੇ ਫਿਰ ਤਾਂ ਉਸਨੂੰ ਕਹਿੰਦੇ ਨੇ ਕਿ ਵੱਧ ਆਸਣ ਹੈ, ਜੇ ਅੰਗੂਠੇ ਨਾ ਫੜੇ ਤੇ ਫਿਰ ਉਸਨੂੰ ਕਹਿੰਦੇ ਨੇ ਤੇ ਇਹ ਮੁਕਤ ਆਸਣ ਹੈ। ਇਹ ਸਿੱਧ ਆਸਣ ਤੇ ਪਦਮ ਆਸਣ ਦੋ ਮੁੱਖ ਮੰਨੇ ਗਏ ਹਨ। ਅੰਗ ਪੰਚਮੋਂ ਪ੍ਰਾਣਾਯਾਮ, ਕਹਿੰਦੇ ਪੰਜਵਾਂ ਜਿਹੜਾ ਅੰਗ ਹੈ ਇਹਨੂੰ ਪ੍ਰਾਣਾਯਾਮ, ਪ੍ਰਾਣਾ ਦੇ ਨਾਲ ਸਾਧ ਸੰਗਤ ਜੀ ਜਾਪ ਕਰਨਾ। ਪੂਰਵ ਕੁੰਭਕ ਰੇਚਕ ਨਾਮ, ਕਹਿੰਦੇ ਤਿੰਨ ਤਰ੍ਹਾਂ ਦਾ ਹੁੰਦਾ ਹੈ, ਇੱਕ ਪੂਰਕ ਹੁੰਦਾ ਹੈ, ਕੁੰਭਕ ਹੁੰਦਾ ਤੇ ਇੱਕ ਰੇਚਕ ਹੁੰਦਾ ਹੈ। ਬਾਹਰ ਤੇ ਮਨ ਸੁਰਤ ਟਕਾਵਾ, ਕਹਿੰਦੇ ਬਾਹਰੋਂ ਵਿਸ਼ਿਆਂ ਵਿਕਾਰਾਂ ਵੱਲੋਂ ਤੇ ਆਪਣੇ ਮਨ ਦੀ ਸੁਰਤ ਜਿਹੜੀ ਹੈ ਉਪਰਾਮ ਕਰਕੇ ਤੇ ਇਸ ਨੂੰ ਸਾਧ ਸੰਗਤ ਜੀ ਸ਼ਬਦ ਦੇ ਅੰਦਰ ਟਿਕਾਉਣਾ ਕਰੇ। ਲੈਣੇ ਸੁਰ ਤੇ ਪ੍ਰਾਣ ਚੜਾਵਾ, ਜਿਹੜੀ ਸਾਡੀ ਨਾਸਕਾ ਦੀ ਸੱਜੀ ਸੁਰ ਹੈ, ਸੱਜਾ ਹਿੱਸਾ ਹੈ ਤੇ ਸੱਜੀ ਨਾਸਕਾ ਹੈ, ਤੇ ਇਸ ਦੁਆਰਾ ਕਹਿੰਦੇ ਪ੍ਰਾਣ ਜਿਹੜੇ ਇਹਨਾਂ ਨੂੰ ਚੜਾਉਣਾ ਹੈ ਸਾਹਾਂ ਦਸਵੇਂ ਦੁਆਰ ਨੂੰ। ਦੁਆਦਸ਼ੀ ਮਾਤਰ ਜੋਏ, ਜਦੋਂ ਪ੍ਰਾਣ ਉੱਪਰ ਨੂੰ ਦਸਵੇਂ ਦੁਆਰ ਨੂੰ ਖਿੱਚਣੇ ਆ ਤੇ 12 ਮਾਤਰ ਵਾਰੀ ਓਮਕਾਰ ਦਾ ਜਾਪ ਕਰਨਾ, 12 ਵਾਰੀ ਓਮਕਾਰ ਦਾ ਜਾਪ ਕਰਨਾ ਪ੍ਰਾਣਾਂ ਨੂੰ ਖਿੱਚਦਿਆਂ ਦਸਵੇਂ ਦੁਆਰ ਨੂੰ। ਓਮਕਾਰ ਜਪੇ ਤਬ ਸੋਏ, ਓਮਕਾਰ ਦਾ ਜਾਪ ਉਸ ਵੇਲੇ ਕਰਨਾ ਕਰੇ, ਪ੍ਰਾਣ ਅੰਤਰ ਠਹਿਰਾਵਾ, ਪ੍ਰਾਣ ਦਸਵੇਂ ਦੁਆਰ ਦੇ ਅੰਦਰ ਟਿਕਾਉਂਦਾ ਹੈ ਤੇ ਤੂੰ ਨਾਮ ਕਹਾਵਾ, ਤੇ ਉਹ ਪ੍ਰਾਣਾ ਟਿਕਾਇਆ ਨੂੰ ਉਨੇ ਸਮੇਂ ਨੂੰ ਕੁੰਭਕ ਕਹਿੰਦੇ ਹਨ। ਚੌਬੀਸ ਮਾਤਰਾ ਓਂਕਾਰਾ, ਜਿਸ ਵੇਲੇ ਪ੍ਰਾਣ ਦਸਵੇਂ ਦੁਆਰ ਦੇ ਅੰਦਰ ਟਿਕ ਜਾਣ ਤੇ ਮਹਾਰਾਜ ਕਹਿੰਦੇ 24 ਵਾਰੀ ਉੱਥੇ ਓਂਕਾਰ ਦਾ ਉਚਾਰਨ ਕਰੇ ਆਪਣੀ ਸੁਰਤ ਦੇ ਨਾਲ, ਜਾਪ ਕਰੇ ਤੇ ਸਮੇਂ ਉਚਾਰਾ, ਉਸ ਵੇਲੇ 24 ਵਾਰੀ ਓਂਕਾਰ ਦਾ ਜਾਪ ਜਿਹੜਾ ਉਚਾਰਨ ਕਰੇ ਆਪਣੀ ਸੁਰਤ ਦੇ ਨਾਲ, ਭਾਵੇਂ ਸੋਸੋ ਕਰੇ ਉਤਾਰਾ। ਤੇ ਫਿਰ ਜਿਹੜੀ ਸਾਡੀ ਖੱਬੀ ਸਾਧ ਸੰਗਤ ਜੀ ਨਾਸਕਾ ਦੀ ਸੁਰ ਹੈ ਤੇ ਇਹਦੇ ਦੁਆਰਾ ਉਹਨਾਂ ਪ੍ਰਾਣਾਂ ਨੂੰ ਥੱਲੇ ਉਤਾਰਨਾ ਹੈ। ਦਵਾਦਸ਼ ਮਾਤਰਾ ਜਪ ਓਂਕਾਰਾ, ਜਿਸ ਵੇਲੇ ਪ੍ਰਾਣ ਉਤਾਰਨੇ ਤੇ 12 ਵਾਰ ਆਪਣੇ 12 ਵਾਰੀ ਫਿਰ ਓਂਕਾਰ ਦਾ ਜਾਪ ਆਪਣੀ ਸੁਰਤ ਦੇ ਨਾਲ ਕਰਨਾ ਹੈ। ਰੇਚਕ ਜਾਪੋ ਨਾਮ ਕਹੀ ਜਾ, ਇਸ ਨੂੰ ਮਹਾਰਾਜ ਕਹਿੰਦੇ ਰੇਚਕ ਕਹਿੰਦੇ ਨੇ ਤੇ ਪ੍ਰਾਣਾ ਜਾਪ ਦੇ 3 ਹਿੱਸੇ ਹਨ। ਸਨੇ ਸਨੇ ਜੋ ਛੋੜਨ ਕੀ ਜਾ, ਹੌਲੀ ਹੌਲੀ ਸਾਧ ਸੰਗਤ ਜੀ ਪ੍ਰਾਣ ਜਿਹੜੇ ਥੱਲੇ ਲਾਵੇ ਤੇ ਇਹਨਾਂ ਨੂੰ ਛੱਡਣਾ ਕਰੇ, ਜੈਸੇ ਹੀ ਬਾਏ ਤੇ ਦਾਏ। ਇਹਦੇ ਵਿੱਚ ਵੀ ਫਰਕ ਹੈ, ਜੇ ਤਾਂ ਸਰੀਰ ਵਿੱਚ ਗਰਮੀ ਵਧੀ ਹੋਈ ਹੈ ਤੇ ਫਿਰ ਖੱਬੀ ਨਾਸਕਾ ਨਾਲ ਪ੍ਰਾਣ ਚੜਾਉਣੇ ਆ ਤੇ ਇਸ ਵਾਸਤੇ ਠੰਡੀ ਮੰਨੀ ਗਈ ਹੈ, ਤੇ ਜੇ ਕਰਕੇ ਸਰੀਰ ਵਿੱਚ ਠੰਡ ਵਧੀ ਹੋਈ ਦਸਵੇਂ ਦੁਆਰ ਦੇ ਵਿੱਚ ਤੇ ਫਿਰ ਸੱਜੀ ਸੁਰ ਦੁਆਰਾ ਸੱਜੀ ਨਾਸਕਾ ਨਾਲ ਤੇ ਚੜਾਉਣੇ ਆ, ਕਿਉਂਕਿ ਸੱਜੀ ਸੂਰਜ ਦੀ ਸੁਰ ਹੈ ਤੇ ਖੱਬੀ ਚੰਦਰਮਾ ਦੀ ਸੁਰ ਠੰਡੀ ਹੈ, ਤੇ ਇਸ ਵਾਸਤੇ 2 ਸੁਰਾਂ ਨੇ ਤੇ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਚੜਾਉਣਾ ਕਰੇ। ਦਾਏ ਤੇ ਬਾਏ ਸੋ ਚੜਾਏ, ਜੋ ਜੋ ਤਰਹੀ ਧਿਆਨ ਕੋ, ਜਿਵੇਂ ਜਿਵੇਂ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੇ ਪ੍ਰਕਾਸ਼ ਰੂਪ ਧਿਆਨ ਨੂੰ ਧਰਦਾ ਹੈ, ਜੋ ਤੂੰ ਧੁਨ ਵੱਧ ਜਾਏ, ਉਵੇਂ ਜਿਹੜੀ ਧੁਨੀ ਹੈ ਸਾਧ ਸੰਗਤ ਜੀ ਉਹ ਵੀ ਵੱਧ ਜਾਂਦੀ, ਅਨਾਹਤ ਦੀ ਧੁਨ ਜਿਹੜੀ ਬਾਜਿਆਂ ਦੀ ਧੁਨੀ ਹੈ ਜਾਂ ਓਂਕਾਰ ਦੀ ਧੁਨੀ ਜਿਹੜੀ ਉਹ ਵੀ ਵੱਧ ਜਾਂਦੀ ਹੈ। ਅੰਗ ਹੈ ਜੋਗ, ਇਸ ਵਾਸਤੇ 6ਵਾਂ ਸਾਧ ਸੰਗਤ ਜੀ ਅੰਗ ਹਿੱਸਾ ਹੈ ਯੋਗ ਦਾ, ਧਿਆਨ ਤਰਦ ਸੁਖ ਪਾਏ, ਜਿਹੜਾ ਇਸ ਤਰ੍ਹਾਂ ਧਿਆਨ ਨੂੰ ਧਰਦਾ ਤੇ ਮਹਾਰਾਜ ਕਹਿੰਦੇ ਉਹ ਸੁੱਖ ਨੂੰ ਪਾ ਲੈਂਦਾ ਹੈ। ਦੋ ਪ੍ਰਕਾਰ ਤੋਂ ਨਕੋ ਸੋ ਧਿਆਨਾ, ਕਹਿੰਦੇ ਜਿਹੜਾ ਧਿਆਨ ਹੈ ਤੇ 2 ਤਰ੍ਹਾਂ ਦਾ ਹੁੰਦਾ, ਇੱਕ ਬਾਹਰਲਾ ਧਿਆਨ ਤੇ ਇੱਕ ਅੰਦਰਲਾ ਧਿਆਨ ਹੁੰਦਾ। ਬਾਹੇ ਕਾ ਅੰਤਰੀਕ ਬਖਾਨਾ, ਇੱਕ ਬਾਹਰਲਾ ਧਿਆਨ ਤੇ ਇੱਕ ਅੰਦਰ ਧਿਆਨ ਹੈ, ਅੰਤਰੀਕ ਇਹਨੂੰ ਕਹਿੰਦੇ ਹਨ। ਵਿਸਲ ਚਤੁਰ ਭੁਜੀ ਜੋ ਕੋ ਜੋ ਧਿਆਨਾ, ਜਿਹੜਾ
ਧਰਮ ਜੀ ਵਿਸ਼ਨੂੰ ਦੀਆਂ ਚਾਰ ਭੁਜਾਂ ਦਾ ਭਾਵ ਕੀ ਸਥੂਲ ਆਕਾਰ ਦਾ ਧਿਆਨ ਕਰਨਾ ਸੋ ਬਾਹਰ ਕਾ ਜਾਣ ਸੁਜਾਨਾ ਮਹਾਰਾਜ ਕਹਿੰਦੇ ਸਿਆਣੇ ਰਾਜੇ ਤੇ ਉਹ ਬਾਹਰਲਾ ਧਿਆਨ ਕਹਿਲਾਉਂਦਾ ਹੈ ਸਭ ਵੇਖੇ ਜੋ ਜੋ ਰਾਜ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਦੇ ਅੰਦਰ ਧਿਆਨ ਜੋੜਨਾ ਕੀਤਾ ਨਾ ਬੀਰ ਦੇ ਕੇ ਨਾਸਾ ਉਹ ਰਾਜ ਵਾਸਤੇ ਜਾਂ ਨਾਭੀ ਵਿੱਚ ਜਾਂ ਹਿਰਦੇ ਵਿੱਚ ਤੇ ਜਾਂ ਨਾਸਾਂ ਦੀ ਤੇ ਓਰਾ ਤਰਫ ਨਾਸਾਂ ਦੇ ਉੱਤੇ ਕਹਿ ਭੂਕੋ ਕਹਿ ਦਸਵੇਂ ਦੁਆਰਾ ਕਹਿ ਅਥਵਾ ਜਾਂ ਭੂਮੀ ਦਾ ਜਾਂ ਭਰਵੱਟਿਆਂ ਦੇ ਵਿਚਾਲੇ ਤੇ ਇਸ ਵਾਸਤੇ ਜਾਂ ਦਸਵੇਂ ਦੁਆਰ ਦੇ ਵਿੱਚ ਅਨਾਹਦ ਧੁਨ ਕਹਿ ਤਾਰਾ ਇਸ ਵਾਸਤੇ ਜਾਂ ਪ੍ਰਕਾਸ਼ ਦਾ ਧਿਆਨ ਧਰੇ ਤੇ ਕਹਿੰਦੇ ਅੰਦਰਲਾ ਧਿਆਨ ਹੈ ਤੇ ਜਾਂ ਦਸਵੇਂ ਦੁਆਰ ਦੇ ਧਿਆਨ ਧਾਰੇ ਧਾਰ ਕੇ ਤੇ ਜੋ ਧਾਰੇਗਾ ਤੇ ਐਸਾ ਧਿਆਨ ਉਸ ਨੂੰ ਤੇ ਇਸੇ ਤਰ੍ਹਾਂ ਅਨਾਹਤ ਦੀ ਧੁਨ ਪ੍ਰਗਟ ਹੋ ਜਾਵੇਗੀ ਉਸਦੇ ਤਾਏ ਅਨਾਹਤ ਧੁਨ ਖੁੱਲ ਜਾਵੇ ਹੈ ਇਸ ਵੇਲੇ ਅਨਾਹਤ ਸ਼ਬਦ ਦੀ ਧੁਨ ਜਿਹੜੀ ਹੈ ਖੁੱਲ ਜਾਵੇਗੀ ਜਦੋਂ ਜੋਤ ਕੋ ਧਿਆਨ ਲਗਾਵਾ ਹੈ ਜਾਂ ਜਿਹੜੀ ਉਹ ਜੋਤ ਹੈ ਦਸਵੇਂ ਦੁਆਰ ਦੇ ਅੰਦਰ ਉਹਦਾ ਧਿਆਨ ਲਾਉਣਾ ਕਰੇ ਇਹ ਅੰਤਰਿਕ ਮਨ ਮੈਂ ਪਹਿਚਾਨ ਹੈ ਕਹਿੰਦੇ ਅੰਤਰਿਕ ਧਿਆਨ ਹੈ ਅੰਦਰਲਾ ਧਿਆਨ ਤੇ ਇਸ ਨੂੰ ਆਪਣੇ ਮਨ ਦੇ ਪਹਿਚਾਨਣਾ ਕਰੇ ਸਤਮ ਅੰਗ ਧਾਰਨਾ ਮਨ ਹੈ ਸਤਮਾ ਸਤਸੰਗ ਜੀ ਅੰਗ ਜਿਹੜਾ ਹੈ ਤੇ ਇਹਨੂੰ ਧਾਰਨਾ ਕਹਿੰਦੇ ਹਨ ਮੰਨ ਲਓ ਇਹ ਪ੍ਰਤਿਬੰਧੀ ਸੰਕਲਪ ਨੂੰ ਉਠਾਵਣਾ ਕਹਿੰਦੇ ਤਿਸ ਧਿਆਨ ਦੇ ਤੇ ਇਸ ਵਾਸਤੇ ਪ੍ਰਤਿਬੰਧ ਤੇ ਤਿਸ ਧਿਆਨ ਦੇ ਵਿੱਚ ਸਤਸੰਗ ਜੀ ਜੋ ਰੁਕਾਵਟ ਰੂਪ ਸੰਕਲਪ ਹੈ ਤੇ ਜਿਹੜਾ ਉਹ ਉਠਾਉਂਦਾ ਹੈ ਮਨੁੱਖ ਕਹਿੰਦੇ ਉਹ ਉਸ ਪਾਸਿਓਂ ਜਿਹੜਾ ਰੁਕਾਵਟ ਵੱਲੋਂ ਸੰਕਲਪ ਹੈ ਤੇ ਪੁਨਾ ਪੁਨਾ ਉਸਨੂੰ ਪਾਸੇ ਕਰਨਾ ਹਟਾਉਣਾ ਹੈ ਧਿਆਨ ਵਿਖੇ ਜੋਰੇ ਠਹਿਰਾਵਾ ਧਿਆਨ ਦੇ ਵਿੱਚ ਜੋੜਨਾ ਕਰੇ ਸੰਕਲਪ ਨੂੰ ਤੇ ਉੱਥੇ ਟਿਕਾਉਣਾ ਕਰੇ ਯਹੀ ਧਾਰਨਾ ਨਾਮ ਕਹਾਵਾ ਕਹਿੰਦੇ ਇਹੀ ਇਸ ਵਾਸਤੇ ਧਾਰਨਾ ਹੈ ਤੇ ਨਾਮ ਇਸਦਾ ਨਾਮ ਧਾਰਨਾ ਤੇ ਵੀ ਕਮਾਈ ਕਰੇ ਮਨ ਠਹਿਰੇ ਹੋਏ ਅਡੋਲਾ ਜਿਸ ਵੇਲੇ ਸਤਸੰਗ ਜੀ ਮਨ ਟਿਕ ਜਾਵੇ ਐਨ ਚੰਗੀ ਤਰ੍ਹਾਂ ਤੇ ਅਡੋਲ ਹੋ ਜਾਵੇ ਕੋ ਨਾਮ ਸਮਾਧ ਅਡੋਲਾ ਮਹਾਰਾਜ ਕਹਿੰਦੇ ਉਸਦਾ ਨਾਮ ਸਮਾਧੀ ਹੈ ਤੇ ਅਡੋਲ ਸਮਾਧੀ ਕਹਿੰਦੇ ਉਸਨੂੰ ਸੋ ਸਮਾਧ ਹੈ ਉਹ ਪ੍ਰਕਾਰੀ ਮਹਾਰਾਜ ਕਹਿੰਦੇ ਜਿਹੜੀ ਸਮਾਧੀ ਉਹ ਵੀ ਦੋ ਤਰ੍ਹਾਂ ਦੀ ਹੈ ਸਮਝ ਲਓ ਨਿਰਵਿਕਲਪ ਸਾਕਲਪ ਉਚਾਰੀ ਇੱਕ ਨਿਰਵਿਕਲਪ ਸਮਾਧੀ ਹੁੰਦੀ ਹੈ ਤੇ ਇੱਕ ਸਾਵਿਕਲਪ ਸਮਾਧੀ ਹੁੰਦੀ ਹੈ ਦੋਹਰਾ ਝਾਤਾ ਧਾਂ ਧਿਆਨ ਸੋ ਤੇਜੋ ਸਤਸੰਗ ਜੀ ਸਾਵਿਕਲਪ ਧਿਆਨ ਸਮਾਧੀ ਕੀ ਹੈ ਝਾਤਾ ਧਿਆਨ ਤੇ ਧੇ ਇਹ ਤਿੰਨ ਚੀਜ਼ਾਂ ਨੇ ਧਿਆਤਾ ਕਹਿੰਦੇ ਨੇ ਧਿਆਉਣ ਵਾਲੇ ਨੂੰ ਤੇ ਧਿਆਨ ਕਹਿੰਦੇ ਨੇ ਜਿਸ ਨੂੰ ਸਤਸੰਗ ਜੀ ਤੇ ਜਿਸ ਦੁਆਰਾ ਧੇ ਤੱਕ ਪਹੁੰਚਣਾ ਹੈ ਧਿਆਤਾ ਹੈ ਸਾਡਾ ਅੰਤਕਰਨ ਜਿਹੜਾ ਹੈ ਤੇ ਧਿਆਨ ਸਾਡੀ ਅੰਤਕਰਨ ਤੋਂ ਉੱਠੀ ਹੋਈ ਬਿਰਤੀ ਜਿਹੜੀ ਨੇਤਰਾਂ ਦੁਆਰਾ ਨਿਕਲਦੀ ਹੈ ਤੇ ਧੇ ਕਹਿੰਦੇ ਜਿਹੜੀ ਸਾਹਮਣੇ ਚੀਜ਼ ਪਈ ਹੈ ਜਿਹਦਾ ਧਿਆਨ ਕਰਨਾ ਹੈ ਇਸ ਵਾਸਤੇ ਤਿੰਨ ਤਰ੍ਹਾਂ ਦੀ ਇਹਦੇ ਜਵਾਬ ਵਿਚਾਰ ਹੈ ਧਿਆਤਾ ਧਿਆਉਣ ਵਾਲਾ ਤੇ ਧਿਆਨ ਤੇ ਧੇ ਜਿਹੜੀ ਵਸਤੂ ਪਈ ਹੈ ਸਾਹਮਣੇ ਜਿਹਦਾ ਧਿਆਨ ਕਰਨਾ ਹੈ ਤਿੰਨ ਤਰ੍ਹਾਂ ਦਾ ਹੈ ਪ੍ਰਿਥਕ ਇੱਕ ਜਾਨ ਕਹਿੰਦੇ ਜਿਹੜਾ ਇਹਨਾਂ ਨੂੰ ਵੱਖਰਾ ਵੱਖਰਾ ਇੱਕ ਇੱਕ ਨੂੰ ਜਾਣਨਾ ਵੀ ਮੈਂ ਧਿਆਤਾ ਵੱਖਰਾ ਹਾਂ ਧਿਆਨ ਵੱਖਰਾ ਹੈ ਤੇ ਧੇ ਜਿਹੜੀ ਵਸਤੂ ਬ੍ਰਹਮ ਹੈ ਅੱਗੇ ਤੇ ਉਹ ਵੱਖਰਾ ਹੈ ਦੋ ਸਾਵਕਲਪ ਕਹਿਤਾ ਹੈ ਕਹਿੰਦੇ ਉਹਨੂੰ ਸਾਵਕਲ ਸਮਾਧੀ ਕਹਿੰਦੇ ਆ ਜਿਹੜੀਆਂ ਤਿੰਨੇ ਚੀਜ਼ਾਂ ਨੂੰ ਵੱਖਰੇ ਵੱਖਰੇ ਸਮਝਣਾ ਹੈ ਜੋਗੀ ਪੁਰਖ ਸੁਝਾਨ ਇਸ ਤਰ੍ਹਾਂ ਤੇ ਜੋਗੀ ਪੁਰਖ ਜਿਹੜੇ ਤੇ ਸਿਆਣੇ ਇਸ ਢੰਗ ਦੇ ਨਾਲ ਸਮਝਦੇ ਹਨ ਆਪ ਭਿੰਨ ਭਿੰਨ ਧਿਆਨਾਂ ਆਪ ਸਤਸੰਗ ਜੀ ਆਪ ਵੀ ਮੈਂ ਵੱਖਰਾ ਨਹੀਂ ਹਾਂ ਤੇ ਧਿਆਨ ਮੇਰੇ ਤੋਂ ਵੱਖਰਾ ਨਹੀਂ ਹੈ ਨਾ ਮੈਂ ਵੱਖਰਾ ਹਾਂ ਤੇ ਨਾ ਮੇਰੇ ਤੋਂ ਧਿਆਨ ਹੀ ਵੱਖਰਾ ਹੈ ਇਹ ਸਭ ਬ੍ਰਹਮ ਰੂਪ ਕਰ ਜਾਣਾ ਤੇ ਜਿੱਥੇ ਧਿਆਨ ਲਾਉਣਾ ਹੈ ਉਹ ਵਾਹਿਗੁਰੂ ਹੈ ਜਾਂ ਉਹਦਾ ਸ਼ਬਦ ਹੈ ਉਹ ਵੀ ਵੱਖਰਾ ਨੇ ਨਾ ਮੈਂ ਧਿਆਉਣ ਵਾਲਾ ਵੱਖਰਾ ਨਾ ਧਿਆਨ ਵੱਖਰਾ ਤੇ ਜਿਸ ਨੂੰ ਧਿਆਉਣਾ ਹੈ ਧੇ ਉਹ ਵੀ ਨਹੀਂ ਵੱਖਰਾ ਨਿਰਵਿਕਲਪ ਇਸ ਵਾਸਤੇ ਧਿਆਨ ਤੇ ਧੇ ਤੇ ਔਰ ਸਭ ਬ੍ਰਹਮ ਰੂਪ ਸਾਰਾ ਕਹਿੰਦੇ ਬ੍ਰਹਮ ਰੂਪ ਹੀ ਜਾਣਨਾ ਤੇ ਮੇਰੇ ਅੰਦਰ ਵੀ ਉਹ ਹੈ
ਤੇ ਔਰ ਧਿਆਨ ਵਿੱਚ ਵੀ ਉਹੀ ਹੈ ਤੇ ਜਿਹਨੂੰ ਧਿਆਉਣਾ ਤੇ ਉਹ ਵੀ ਉਹੀ ਹੈ। ਇਸ ਵਾਸਤੇ ਤਿੰਨਾਂ ਨੂੰ ਇੱਕ ਰੂਪ ਦੇ ਅੰਦਰ ਕਰ ਲੈਣਾ, ਧਿਆਤੇ ਤੇ ਧਿਆਨ ਤੇ ਧੇਰੇ, ਤਾਂ ਹੀ ਰੱਬ ਰੂਪ ਹੀ ਨੇ ਸਾਰੇ ਤਿੰਨ। ਨਿਰਵਿਕਲਪ ਸੋ ਲਖੋ ਸਮਾਧ, ਕਹਿੰਦੇ ਇਸ ਦਾ ਨਾਂ ਨਿਰਵਿਕਲ ਸਮਾਧੀ ਹੈ, ਸਮਝ ਲਓ। ਐਸੇ ਅਸਤੀ ਅੰਗ ਧਨ ਸਾਧ, ਕਹਿੰਦੇ ਇਸ ਤਰ੍ਹਾਂ ਅੱਠ ਅੰਗ ਨੇ ਇਹ ਯੋਗ ਦੇ, ਇਹਨਾਂ ਨੂੰ ਚੰਗੀ ਤਰ੍ਹਾਂ ਸਾਧਨਾ ਕਰੋ। ਵਿਦ ਅਰੂੜੀ ਯੋਗ ਮਹਿ ਜਾਲੋ, ਜਿੰਨਾ ਚਿਰ ਸਾਧ ਸੰਗ ਜੀ ਇਸ ਤਰ੍ਹਾਂ ਵਿਅਕਤੀ ਯੋਗ ਦੇ ਅੰਦਰ ਰੂੜ ਇਸਤ ਰਹਿੰਦੀ ਹੈ, ਉਹਨਾਂ ਚਿਰ ਸਾਧ ਸੰਗ ਜੀ ਇਸ ਦੇ ਸ੍ਰੇਸ਼ਟ ਰਸ ਦੇ ਤਾਂ ਲੈਣਾ ਕਰੇ। ਬ੍ਰਿਤੀ ਯੋਗ ਤੇ ਜਬ ਹੀ, ਜਿਸ ਵੇਲੇ ਇਸ ਯੋਗ ਪ੍ਰਾਣਾ ਜਾਮ ਤੋਂ ਵਿਅਕਤੀ ਥੱਲੇ ਉਤਰ ਨਾ ਕਰੇ, ਗੁਰਬਾਣੀ ਸੋ ਪਰਚਹਿ ਤਬ ਹੀ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਆਪਣਾ ਪ੍ਰਚਾਰਾ ਪਾਉਣਾ ਕਰੇ। ਐਸੇ ਵੀ ਬਹੁਤ ਕਲਿਆਣਾ, ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਕਸ਼ਟ ਯੋਗ ਹੈ, ਇਹ ਹੱਟ ਯੋਗ ਹੈ, ਹੱਟ ਨਾਲ ਕਰਨਾ ਪੈਂਦਾ ਸਭ ਕੁਝ। ਕਹਿੰਦੇ ਐਸੇ ਵੀ ਕਈਆਂ ਦੀ ਇਹਦੇ ਨਾਲ ਵੀ ਕਲਿਆਣ ਹੋ ਜਾਂਦੀ ਹੈ। ਮੈਂ ਜਗਤ ਕੇ ਬੰਧਨ ਹਾਨਾ, ਤੇ ਉਹਦੇ ਸਾਧ ਸੰਗ ਜੀ ਸੰਸਾਰ ਦੇ ਬੰਧਨ ਜਿਹੜੇ ਸੀ ਸਾਰੇ ਫਿਰ ਨਾਸ ਹੋ ਜਾਂਦੇ ਆ। ਦੂਜਾ ਭਗਤ ਯੋਗ ਕੋ ਪੰਥਾ, ਤੇ ਦੂਜਾ ਸਾਧ ਸੰਗ ਜੀ ਭਗਤ ਯੋਗ ਦਾ ਪੰਥਾ ਰਸਤਾ ਹੈ। ਇਸ ਵਾਸਤੇ ਭਗਤੀ ਯੋਗ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਸਾਧ ਸੰਗ ਜੀ ਗ੍ਰਹਿਣ ਕੀਤਾ ਹੈ। ਇਸ ਵਾਸਤੇ ਭਾਵੇਂ ਦੋ ਰਸਤੇ ਸਤਿਗੁਰਾਂ ਨੇ ਲਿਖ ਦਿੱਤੇ ਨੇ, ਤੇ ਪਰ ਹੱਠ ਯੋਗ ਨੂੰ ਗੁਰੂ ਸਾਹਿਬ ਨੇ ਕਬੂਲਿਆ ਨੀ। ਹੱਠ ਯੋਗ ਕਰਨ ਵਾਲਾ ਪਹਿਲਾਂ ਤਾਂ ਯੋਗੀ ਨੀ ਤੁਹਾਨੂੰ ਮਿਲਦਾ, ਤੇ ਫਿਰ ਸਾਧ ਸੰਗ ਜੀ ਇਹੋ ਜਿਹਾ ਕਠਿਨ ਸਾਧਨ ਜਿਹੜਾ ਉਹ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਸਤਿਗੁਰਾਂ ਨੇ ਇਹਦਾ ਨਿਰਣਾ ਕੀਤਾ, ਪਰ ਮਹਾਰਾਜ ਕਹਿੰਦੇ ਨਹੀਂ। ਨਿਵਲੀ ਕਰਮ ਭਿਅੰਗਮ ਭਾਠੀ, ਰੇਤ ਕਪੂਰਗ ਕੁੰਭ ਕਰੈ, ਤੇ ਬਿਨ ਸਤਿਗੁਰ ਕੇ ਸੋਝੀ ਨਾਹੀ, ਭਰਮੇ ਭੂਲਾ ਬੂਢ ਮਰੈ, ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹਿ, ਨਾਮ ਬਿਨਾ ਫੋਕਟ ਤੇ ਸਭ ਕਰਮ। ਮਹਾਰਾਜ ਕਹਿੰਦੇ ਜਿਉਂ ਬਾਜੀ ਗਰ ਭਰਮ ਭੁਲੈ, ਇਸ ਵਿਦਿਆ ਦਾ ਪੂਰਾ ਉਸਤਾਦ ਨਹੀਂ ਮਿਲਦਾ। ਤੇ ਔਰ ਸਾਧ ਸੰਗ ਜੀ ਇਸ ਦੇ ਤੇ ਸਾਧਨ ਵਿੱਚ ਸਰੀਰ ਅਤੇ ਸਰੀਰ ਤੇ ਅਸਰ ਪੈਂਦਾ, ਕਈ ਵਾਰੀ ਲੋਕੀ ਰੋਗੀ ਹੋ ਜਾਂਦੇ ਨੇ, ਵੇਖਣ ਵਿੱਚ ਆਉਂਦੇ ਨੇ। ਇਸ ਵਾਸਤੇ ਸਤਿਗੁਰਾਂ ਨੇ ਸਾਨੂੰ ਸਹਿਜ ਯੋਗ ਜਿਹੜਾ ਹੈ ਉਹ ਸਿਖਾਇਆ ਹੈ, ਤੇ ਜਿਸ ਨੂੰ ਪ੍ਰੇਮ ਦੇ ਨਾਲ ਜੁੜਨਾ, ਭਗਤੀ ਕਰਦਿਆਂ ਜੁੜਨਾ, ਭਗਤ ਯੋਗ ਕੋ ਜੈਤ ਵਾਰ ਹਰ ਜਨਕ ਉਪਾਇਓ, ਇਸ ਲਈ ਗੁਰੂ ਸਾਹਿਬ ਦੇ ਨਾਮ ਦੇ ਨਾਲ ਚਿੱਤ ਦਾ ਤੇ ਜੀਉ ਪੈਣਾ ਤੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲੰਘਣਾ ਲੱਗ ਪੈਣਾ ਸਿਖਾਇਆ। ਇਸ ਵਾਸਤੇ ਇਹਨੂੰ ਸਾਰੇ ਕਰ ਸਕਦੇ ਨੇ। ਤੇ ਔਰ ਭਗਤ ਯੋਗ ਦਾ ਜਿਹੜਾ ਲੱਛਣ ਹੈ, ਅੱਗੇ ਆਪ ਸਰਵਣ ਕਰੋ। ਦੂਜਾ ਭਗਤ ਯੋਗ ਕੋ ਪੰਥਾ, ਕਹਿੰਦੇ ਦੂਜਾ ਭਗਤ ਯੋਗ ਦਾ ਪੰਥਾ ਰਸਤਾ ਹੈ, ਅੰਗ ਤੇ ਭਗਤ ਗ੍ਰੰਥਾ, ਤੇ ਭਾਵ ਕੀ ਭਗਤੀ ਕਰਦਿਆਂ ਵਾਹਿਗੁਰੂ ਦੇ ਅੰਦਰ ਜੁੜਨਾ। ਤੇ ਅੱਠ ਤਰ੍ਹਾਂ ਦਾ ਸਾਧ ਸੰਗ ਜੀ ਇਹ ਯੋਗ ਹੈ, ਭਗਤ ਯੋਗ ਜੋ ਗ੍ਰੰਥ ਕਹਿੰਦੇ ਹਨ। ਪ੍ਰਥਮੇ ਜਮ ਮਨ ਰੱਖਣ ਨੀਵਾ, ਤੇ ਪਹਿਲਾਂ ਜਿਹੜਾ ਜਮ ਹੈ ਤੇ ਜਿਹੜਾ ਆਪਣੇ ਮਨ ਨੂੰ ਨੀਵਾ ਰੱਖਣਾ ਹੈ, ਨਿਰਗੁਣ ਤੇ ਨਿਰਮਾਨ ਸਦੀਵਾ, ਤੇ ਆਪਣੇ ਗੁਣਾਂ ਦੇ ਮਾਣ ਤੋਂ ਹਮੇਸ਼ਾ ਵਾਸਤੇ ਰਹਿਤ ਰਹਿਣਾ, ਨਿਰਮਾਣ ਹੋ ਕੇ ਰਹਿਣਾ ਹੈ। ਦੂਜੋ ਨੇਮ ਜਾਏ ਸਤ ਸੰਗਤੀ, ਤੇ ਦੂਜਾ ਮਹਾਰਾਜ ਕਹਿੰਦੇ ਨੇਮ ਕੀ ਹੈ ਇਸਦਾ, ਭਗਤੀ ਯੋਗ ਦਾ, ਤੇ ਨਿਯਮ ਦੇ ਨਾਲ ਗੁਰੂ ਦੀ ਸੰਗਤ ਦੇ ਜਾਣਾ ਕਰੇ। ਕਥਾ ਕੀਰਤਨ ਸੁਣ ਮਿਲ ਪੰਗਤੀ, ਇਸ ਵਾਸਤੇ ਗੁਰੂ ਦੀ ਪੰਗਤ ਵਿੱਚ ਮਿਲ ਕੇ ਕਥਾ ਤੇ ਕੀਰਤਨ ਨੂੰ ਸੁਣਨਾ ਕਰੇ, ਦੂਜਾ ਨੇਮ ਹੈ ਭਗਤੀ ਯੋਗ ਦਾ। ਦੋਰਾ ਪੜਨ ਸਕਤੀ ਜੇ ਹੋ ਬਈ, ਜੇ ਕਰਕੇ ਪੜਨ ਦੀ ਸ਼ਕਤੀ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੈ, ਬੜੇ ਨੇਮ ਕਰ ਸੋਏ, ਇਸ ਨੂੰ ਨਿਯਮ ਦੇ ਨਾਲ ਬਾਣੀ ਦੇ ਤਾਂ ਪੜਨਾ ਕਰੇ, ਸੁਣ ਸਕਤ ਜੇ ਹੋ ਬਈ, ਜੇ ਕਰਕੇ ਸੁਣਨ ਦੀ ਸ਼ਕਤੀ ਪਰਮੇਸ਼ਰ ਨੇ ਦਿੱਤੀ ਹੈ, ਸੁਣੇ ਸੋ ਇੱਕ ਮਨ ਹੋਏ, ਤਾਂ ਬਾਣੀ ਦੇ ਨਾਲ ਤਾਂ ਹੀ ਇੱਕ ਮਨ ਹੋ ਕੇ ਸੁਣਨਾ ਕਰੇ। ਚੌਵੀ ਤੀਜੋ ਦੇਸ਼ ਅਕੰਤ ਬਖਾਨਾ, ਤੀਜਾ ਸਾਧ ਸੰਗ ਜੀ ਭਗਤੀ ਯੋਗ ਦਾ ਰਸਤਾ ਅਕਾਂਤ ਦੇਸ਼ ਹੈ ਕਈ ਦਾ, ਸਰਵ ਵੇਖੇ ਇੱਕ ਗੋਬਿੰਦ ਜਾਣਾ, ਸਾਰਿਆਂ ਦੇ ਚ ਗੋਬਿੰਦ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰੇ, ਔਰ ਦੂਸਰਾ ਲਖਮੀ ਨਾਹੀ, ਤੇ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਸਾਧ ਸੰਗ ਜੀ ਸਮਝਣਾ ਨਾ ਕਰੇ, ਇੱਕੋ ਵਿਆਪਕ ਸਭ ਕਢਣਾ ਹੈ, ਇੱਕੋ ਹੀ ਵਾਹਿਗੁਰੂ ਪਰਮੇਸ਼ਰ ਸਾਰੇ ਸਰੀਰਾਂ ਦੇ ਅੰਦਰ ਵਿਆਪਕ ਹੈ, ਚੌਥੋ ਆਸਨ ਸਮਝੋ ਚਿੱਤ, ਚੌਥਾ ਸਾਧ ਸੰਗ ਜੀ ਆਸਣ ਹੈ ਤੇ ਆਪਣੇ ਚਿੱਤ ਦੇ ਸਮਝ ਲਓ, ਗੋਬਿੰਦ ਵਿਖੇ ਸਥਿਤ ਬ੍ਰਿਤ, ਤੇ ਆਸਣ ਕੀ ਹੈ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਨੂੰ ਟਿਕਾਉਣਾ ਹੈ, ਇਹੀ ਆਸਣ ਹੈ ਸਿੱਖ ਵਾਸਤੇ। ਇਸ ਵਾਸਤੇ ਸ਼ਬਦ ਦੇ ਅੰਦਰ ਸੁਰਤ ਨੂੰ ਟਿਕਾਉਣਾ ਹੀ ਤੇ ਆਸਣ ਹੈ ਭਗਤੀ ਯੋਗ ਦਾ ਅੰਗ। ਪੰਜਾ ਪ੍ਰਾਣਾ ਜਾਮ ਚੀਨਾ, ਤੇ ਪੰਜਵਾਂ ਹੈ ਪ੍ਰਾਣਾ ਦੇ ਨਾਲ ਯਾਦ
ਪ੍ਰਤਾਪ ਕਰਨਾ ਪ੍ਰਾਣਾ ਜਾਮ ਜਾਣ ਲੋ ਕੁੰਭ ਘਰੇ ਕਤੀਨਾ ਇਹ ਵੀ ਸਾਧ ਸੰਗ ਜੀ ਤਿੰਨ ਤਰ੍ਹਾਂ ਦਾ ਗੁਰੂ ਘਰ ਦੇ ਪੂਰਕ ਹੈ ਕੁੰਭਕ ਹੈ ਤੇ ਰੇਤਕ ਹੈ ਦੋਰਾ ਪੂਰਕ ਗੁਰਕੇ ਬਚਨ ਸੋਨਾ ਤੇ ਪੂਰਕ ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ ਬਚਨਾਂ ਨੂੰ ਸੁਣ ਕੇ ਕਰਖੀ ਕਰ ਲੇ ਸਾਰੇ ਬਚਨਾਂ ਦਾ ਜਿਹੜਾ ਕਰਖ ਕਰ ਲੇ ਸਾਰੇ ਬਚਨਾਂ ਦਾ ਸਿਧਾਂਤ ਤੇ ਰਸ ਜਿਹੜਾ ਉਸਨੂੰ ਖਿੱਚ ਲੈਣਾ ਕਰੇ ਸੁਣ ਸਮਝੀ ਵਸਤ ਜੋ ਤੇ ਜਿਹੜੀ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਨੂੰ ਸੁਣ ਕੇ ਤੇ ਵਸਤੂ ਨੂੰ ਸਮਝ ਲਿਆ ਹੈ ਸਦਾ ਸਿਰਕੇ ਉਹ ਉਪਦੇਸ਼ਾਂ ਨੂੰ ਆਪਣੇ ਹਿਰਦੇ ਚ ਹਮੇਸ਼ਾ ਟਿਕਾ ਕੇ ਰੱਖਣਾ ਤੇ ਇਹਨੂੰ ਕੁੰਭ ਕੁੰਭਕ ਪੁਰਾਣਾ ਜਾਮ ਕਹਿੰਦੇ ਨੇ ਚੌਪੀ ਕਰ ਅਭਿਆਸ ਨਾਤੇ ਪਰਹਰਾ ਤੇ ਫਿਰ ਅਭਿਆਸ ਕਰਦਿਆਂ ਕਰਦਿਆਂ ਤੇ ਉਸ ਵਸਤੂ ਨੂੰ ਸਾਧ ਸੰਗਤ ਜੀ ਛੱਡਣਾ ਨਹੀਂ ਹੈ ਸਭ ਠਹਿਰਾਵਨ ਮਨ ਮੈਂ ਕਰਾਂ ਸਦਾ ਆਪਣੇ ਮਨ ਦੇ ਟਿਕਾ ਕੇ ਰੱਖਣਾ ਹੈ ਕੁੰਭਕ ਦੂਜੋ ਇਸੀ ਪ੍ਰਕਾਰ ਦੂਜਾ ਕੁੰਭਕ ਹੈ ਸਾਧ ਸੰਗਤ ਜੀ ਤੇ ਇਸ ਢੰਗ ਦੇ ਨਾਲ ਸਮਝ ਲਓ ਪਹਿਲਾਂ ਰੇਚਕ ਹੈ ਤੀਜੋ ਰੇਚ ਕਰੋ ਚਾਰਾ ਇਸ ਵਾਸਤੇ ਪਹਿਲਾਂ ਪੂਰਕ ਸੀ ਤੇ ਦੂਜਾ ਇਹ ਕੁੰਭਕ ਆ ਤੇ ਤੀਜਾ ਰੇਚਕ ਜਿਹੜਾ ਉਸਦੇ ਲੱਛਣ ਸੁਣਨਾ ਕਰੋ ਸਤਿਗੁਰ ਬਚਨ ਜੋ ਤਜਨਾ ਕਹਾ ਛੱਡਣ ਵਾਸਤੇ ਕਸੰਗਤ ਛੱਡੋ ਸ਼ਰਾਬ ਨੂੰ ਛੱਡੋ ਵੇਚਾਂ ਵਿਕਾਰਾਂ ਨੂੰ ਛੱਡੋ ਜੋ ਛੱਡਣਾ ਆਖਿਆ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਦਿੰਦਾ ਮਹਾਰਾਜ ਕਹਿੰਦੇ ਉਹਨਾਂ ਨੂੰ ਬੜਾ ਭਾਰੀ ਸੁੱਖ ਹੁੰਦਾ ਹੈ ਅੰਗ ਸੁਣ ਜੈਸੇ ਸੇਵਾ ਸਾਹਿਬ ਸੰਗਤ ਜੀ ਭਗਤੀ ਯੋਗ ਦਾ ਜਿਹੜਾ ਅੰਗ ਹੈ ਨਾ ਹਿੱਸਾ ਉਹ ਧਿਆਨ ਹੈ ਉਸਨੂੰ ਸਮਝਣਾ ਕਰੋ ਪੜ੍ਹਨ ਸੁਣਨ ਗੋਰੀ ਬਾਚੀ ਜਾਵੇ ਵੈਸੇ ਜਿਸ ਵੇਲੇ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹਨ ਤੇ ਸੁਣਨ ਵਾਸਤੇ ਬੈਠਣਾ ਕਰੇ ਸ਼ਬਦ ਅਰਥ ਮੈਂ ਰੱਖੇ ਧਿਆਨਾ ਤੇ ਕਈ ਪੁੱਛਦੇ ਆ ਜੀ ਬਾਣੀ ਪੜ੍ਹਦਿਆਂ ਜਾਪ ਕਰਦਿਆਂ ਧਿਆਨ ਕਿੱਥੇ ਰੱਖੀਏ ਤੇ ਮਹਾਰਾਜ ਕਹਿੰਦੇ ਜਿਹੜਾ ਮੂਲ ਮੰਤਰ ਦਾ ਅਰਥ ਹੈ ਚਰਨ ਦਾ ਅਰਥ ਹੈ ਤੇ ਉਹਦੇ ਚ ਆਪਣੇ ਧਿਆਨ ਨੂੰ ਟਿਕਾ ਕੇ ਰੱਖੇ ਦੇ ਸੰਕਲਪ ਨਾ ਆਨਾ ਉਸ ਵੇਲੇ ਹੋਰ ਪਾਸੇ ਆਪਣੇ ਮਨ ਦਾ ਸੰਕਲਪ ਜਿਹੜਾ ਇਹਨੂੰ ਫੁਰਨ ਨਾ ਦੇਵੇ ਸਤਮ ਇਹ ਧਾਰਨਾ ਅੰਗਾ ਤੇ ਸਤਮਾ ਸਾਹਿਬ ਸੰਗਤ ਜੀ ਧਾਰਨਾ ਹੈ ਇਹ ਅੰਗ ਹਿੱਸਾ ਆਪਣੇ ਭਗਤ ਯੋਗ ਦਾ ਇਸ ਰੂਪ ਸੁਣੀਏ ਰੁਚ ਸੰਗਾ ਤੇ ਇਹਦਾ ਜਿਹੜਾ ਸਰੂਪ ਹੈ ਤੇ ਧਾਰਨਾ ਦਾ ਇਹ ਵੀ ਰੁਚੀ ਦੇ ਨਾਲ ਸੁਣਨਾ ਕਰੋ ਮਨ ਸੰਕਲਪ ਵਿਖੇ ਜੇ ਜਾਵੇ ਹੈ ਜਦੋਂ ਧਿਆਨ ਕਰਦਿਆਂ ਤੇ ਮਨ ਕਿਸੇ ਸੰਕਲਪ ਦੇ ਚਲੇ ਜਾਵੇ ਹੁਣ ਮਨ ਰੋਕੀ ਸ਼ਬਦ ਮੈਂ ਲਾਵਾ ਹੈ ਫੇਰ ਆਪਣੇ ਮਨ ਨੂੰ ਉਧਰੋਂ ਰੋਕ ਕੇ ਤੇ ਸ਼ਬਦ ਦੇ ਧਿਆਨ ਦੇ ਚ ਲਾਉਣਾ ਕਰੇ ਜਾਮਣ ਟਿੱਕਿਓ ਘਟੀ ਦੋ ਚਾਰਾ ਤੇ ਜਿਸ ਵੇਲੇ ਇਸ ਤਰ੍ਹਾਂ ਸਾਹਿਬ ਸੰਗਤ ਜੀ ਸ਼ਬਦ ਦੇ ਧਿਆਨ ਦੇ ਚ ਅਰਥ ਵਿੱਚ ਦੋ ਚਾਰ ਘੜੀਆਂ ਮਨ ਟਿਕ ਗਿਆ ਏਕੋ ਨਾਮ ਸਮਾਧੀ ਉਚਾਰਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਿਵਰਾਜ ਰਖਸ਼ ਆਪਣੇ ਸ਼ਿਵ ਨਾਮ ਰਾਜਨ ਤੇ ਉਸੇ ਦਾ ਨਾਮ ਸਮਾਧੀ ਕਿਹਾ ਜਾਂਦਾ ਹੈ ਜਬ ਲੱਗੀ ਸਮਾਧ ਜਿਸ ਵੇਲੇ ਸ਼ਬਦ ਦੇ ਵਿੱਚ ਇੱਕ ਰਸ ਬਿਰਤੀ ਜੁੜ ਗਈ ਤੇ ਐਨ ਉਹ ਸਮਾਧੀ ਲੱਗ ਗਈ ਕਿਸੇ ਵਧਾਵੇ ਤਾਂ ਮਨ ਸਾਧ ਤੇ ਫੇਰ ਉਸਨੂੰ ਬਾਈ ਆਪਣੇ ਮਨ ਦੇ ਸੰਕਲਪ ਸਾਧ ਕੇ ਸਰੀਰ ਦੇ ਵਿਚਿਆਂ ਵਿਕਾਰਾਂ ਨੂੰ ਸਾਧ ਕੇ ਉਹ ਸਮਾਧੀ ਨੂੰ ਵਧਾਉਣਾ ਕਰੇ ਅਸ਼ਟ ਜਾਮ ਮਨ ਸ਼ਬਦ ਵਿਖੇ ਜਾਵ ਜਿਸ ਵੇਲੇ ਅੱਠੇ ਪੈਰ ਗੁਰੂ ਦੇ ਸ਼ਬਦ ਦੇ ਵਿੱਚ ਮਨ ਜੁੜ ਜਾਵੇ ਪੂਰਨ ਹੋ ਸਮਾਧ ਭਲੇ ਤਬ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਵੇਲੇ ਸਮਾਧੀ ਪੂਰਨ ਹੋ ਜਾਂਦੀ ਹੈ ਸਮਝ ਲਓ ਦੋਰਾ ਭਗਤ ਯੋਗ ਇਹ ਜਾਣੀਏ ਇਸ ਨੂੰ ਭਗਤ ਜੋ ਕਹਿੰਦੇ ਭਗਤੀ ਕਰਦਿਆਂ ਪਰਮੇਸ਼ਰ ਵਿੱਚ ਜੁੜਨਾ ਇਹ ਸੁਖਾਲਾ ਸਾਧਨ ਹੈ ਸਾਨੂੰ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਪੰਥ ਸੁਖੇ ਨਾ ਇਹ ਕਲਯੁਗ ਦੇ ਅੰਦਰ ਸੁਖਾਲਾ ਰਸਤਾ ਹੈ ਭਗਤੀ ਯੋਗ ਦਾ ਅਸ਼ਟ ਯੋਗ ਦੁਸਤਰ ਕਹਿੰਦੇ ਜਿਹੜਾ ਹਠ ਯੋਗ ਹੈ ਕਸ਼ਟ ਯੋਗ ਹੈ ਤੇ ਬਹੁਤ ਔਖਾ ਹੈ ਭਗਤ ਯੋਗ ਨੂੰ ਸਹਿਜ ਯੋਗ ਵੀ ਕਹਿਣਾ ਕੀਤਾ ਹੈ ਇਹ ਜਣੇ ਕਣੇ ਬੰਦੇ ਤੋਂ ਸਾਧ ਸੰਗਤ ਜੀ ਜਿਸ ਕਿਸੇ ਤੋਂ ਹਰੇਕ ਤੋਂ ਨਹੀਂ ਹੋ ਸਕਦਾ ਜਿਹੜਾ ਹੱਟ ਯੋਗ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਉਪਦੇਸ਼ ਸੁਣ ਕੇ ਰਾਜਾ ਸ਼ਿਵ ਨਾਲ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪਿਆ ਯੋਗ ਮਹੋਰੀ ਸਾਧ ਸੰਗਤ ਜੀ ਯੋਗ ਦੇ ਅੰਗ ਜਿਹੜੇ ਇਹਨਾਂ ਨੂੰ ਸਿੱਖਣਾ ਚਾਹੁੰਦਾ ਹੈ ਲਾਲਸਾ ਜਾਹੇ ਨਾ ਥੋੜੀ ਜਿਸ ਦੇ ਹਿਰਦੇ ਚ ਲਾਲਸਾ ਇੱਛਾ ਕੋਈ ਥੋੜੀ ਨੀ ਬਹੁਤ ਇੱਛਾ ਹੈ ਦੋਹਰਾ ਸ੍ਰੀ ਗੁਰਪਦ ਨਖ ਕ੍ਰਾਂਤ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨੋਹਾਂ ਦੀ ਜਿਹੜੀ ਕ੍ਰਾਂਤੀ ਸੋਭਾ ਹੈ ਚਿੰਤਾ ਮਨੇ ਸਮਾਨ ਕਹਿੰਦੇ ਚਿੰਤਾ ਮਣੀ ਦੇ ਸਦਰਸ ਹੈ ਚਿੰਤਾ ਮਣੀ ਸਾਹਿਬ ਸੰਜੀ ਉਹਦੇ ਪਾਸ ਜੋ ਚਿਤਮਨੀ ਕਰੋ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਜਿਤਵੇ ਮੰਗਲ ਸਰਬਦਾ ਜਿਸ ਵੇਲੇ ਗੁਰੂ ਨਾਨਕ
ਗ੍ਰੰਥ ਸਾਹਿਬ ਦੇ ਚਰਨਾਂ ਦੇ ਨਾਹਾਂ ਦੀ ਕ੍ਰਾਂਤੀ ਸੋਭਾ ਨੂੰ ਚਿਤਵੀਏ, ਚਿੰਤਾ ਮਣੀ ਵੰਗ ਸਾਰੀਆਂ ਖੁਸ਼ੀਆਂ ਨੂੰ ਦੇਣ ਵਾਲੀ ਹੈ। ਬਹੁਤ ਸਾਰੇ ਵਿਘਨਾਂ ਤੇ ਦੋਸ਼ਾਂ ਸਾਰਿਆਂ ਨੂੰ ਨਾਸ ਕਰਨ ਵਾਲੀ ਹੈ। ਭਾਈ ਬਾਲਾ ਜੀ ਸੰਧੂ ਗੋਦ ਦੇ ਖਡੂਰ ਸਾਹਿਬ ਦੇ ਅੰਦਰ ਸਾਹਿਬ ਸੰਗੀ ਕਥਾ ਸੁਣਾ ਰਹੇ ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣੋ। ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੱਥ ਜੋੜ ਕੇ ਸ਼ਿਵਨਾਥ ਰਾਜਾ ਕਹਿੰਦਾ ਮੰਦਰ ਮਲ ਕੇ ਮਾਰਗ ਮਹਾਰਾਜ, ਜਿਹੜੇ ਮਨ ਨੂੰ ਪਵਿੱਤਰ ਕਰਨ ਦੇ ਦੋ ਰਸਤੇ ਹਨ, ਕਰ ਬਖਸ਼ੋ ਦੁੱਖ ਦਿਖੋ, ਇਹ ਦੁੱਖਾਂ ਨੂੰ ਮੇਟਣ ਵਾਲੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹ ਸਮੇਂ ਨੂੰ ਬਖਸ਼ ਦੇਵੋ, ਸਰਬ ਮਮ ਦੇਸ਼ ਨਿਹਾਲਾ, ਮੇਰੇ ਸਾਰੇ ਦੇਸ਼ ਦੇ ਤਾਈ ਨਿਹਾਲ ਕਰ ਦੇਵੋ, ਉਸਮਾਨ ਨਿਹਾਲ ਕਿਰਪਾਲਾ, ਤੁਹਾਡੇ ਵਰਗਾ ਸੱਚੇ ਪਾਤਸ਼ਾਹ ਜੀ ਹੋਰ ਕੋਈ ਕਿਰਪਾਲੂ ਨਹੀਂ ਹੈ, ਉਸਦੀ ਬਾਸ ਮੁਝ ਕੱਤ ਸਦਨਾ, ਹਮੇਸ਼ਾ ਮੇਰੇ ਘਰ ਦੇ ਸੱਚੇ ਪਾਤਸ਼ਾਹ ਰਹਿਣਾ ਕਰੋ, ਕੋਹੇਰ ਕਮਲ ਨਾਮ ਸੰਬਦਨਾ, ਇਸ ਵਾਸਤੇ ਤੇ ਮੈਂ ਹਮੇਸ਼ਾ ਵਾਸਤੇ ਹੀ ਆਪ ਜੀ ਦੇ ਚਿਹਰੇ ਨੂੰ ਵੇਖ ਕੇ ਕਬਰ ਸਰੀਖੇ ਚਿਹਰੇ ਨੂੰ ਵੇਖ ਕੇ ਤੇ ਪ੍ਰਸੰਨ ਰਹਾਂਗਾ। ਇਸ ਪ੍ਰਕਾਰ ਤੁਮ ਕਿਤਨੇ ਕੋਸਾ, ਜਿਸ ਤਰ੍ਹਾਂ ਵਾਲਾ ਤੁਸੀਂ ਪੰਜਾਬ ਦੇਸ਼ ਤੋਂ ਕਿੰਨੇ ਕੁ ਚੱਲ ਕੇ ਆਏ ਹੋ, ਆਏ ਨਹੀਂ ਦੇਣ ਭਰੋਸਾ, ਆਪਣਾ ਭਰੋਸਾ ਦੇਣ ਵਾਸਤੇ ਇੱਥੇ ਚੱਲ ਕੇ ਆਏ ਹੋ, ਇਸੇ ਪ੍ਰਕਾਰ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਬਹੁਤੇ ਦਿਨ ਬਹੁਤਾ ਸਮਾਂ ਮੇਰੇ ਪਾਸ ਰਹਿਣਾ ਕਰੋ, ਉਪਦੇਸ਼ ਉਪਦੇਸ਼ਾਂ ਦੀ ਜਾ, ਸਾਰੇ ਮੇਰੇ ਇਲਾਕੇ ਦੇ ਅੰਦਰ ਸਿੱਖੀ ਦਾ ਉਪਦੇਸ਼ ਦੇਣਾ ਕਰੋ, ਪ੍ਰੇਮ ਬਿਨੇ ਸਰਬਾਣੀ ਸੁਣ ਕੇ, ਤੇ ਪ੍ਰੇਮ ਦੇ ਬੇਨਤੀ ਵਾਲੇ ਸਾਹਿਬ ਸੰਤ ਜੀ ਬਾਣੀ ਸਤਿਗੁਰਾਂ ਨੇ ਸੁਣ ਕੇ ਸਭ ਪਾਹੁਲ ਦੀ ਮਿਸਰ ਗੁਣ ਕੇ ਆਪਣਾ ਸਿੱਖ ਸਾਹਿਬ ਸੰਤ ਜੀ ਬਣਾਉਣਾ ਵਿਚਾਰ ਕੇ ਗੁਰੂ ਨਾਨਕ ਸਾਹਿਬ ਨੇ ਸ਼ਿਵ ਨਾਮ ਨੂੰ ਚਰਨਾਮ ਦਿੱਤਾ, ਚਰਨਾਂ ਦਾ ਮੂਲ ਮੰਤਰ ਗੁਰਮੰਤਰ ਦੇਣਾ ਕੀਤਾ, ਸੰਸਾਰ ਮੈਂ ਕੀਨ ਬਸੇਰਾ, ਜੋ ਧਰਮਸ਼ਾਲਾ ਸਤਿਗੁਰਾਂ ਨੇ ਇੱਥੇ ਬਣਵਾਈ ਸੀ ਉੱਥੇ ਵਾਸਾ ਕੀਤਾ, ਸਰਵਦੇਸ਼ ਹੋਵਤ ਪਾਤੇਰਾ, ਵਾਸੇ ਦਾ ਸਾਰਾ ਇਲਾਕਾ ਹੀ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਣ ਗਿਆ, ਉਪਤ ਜੋਗ ਦੇਣ ਕੋਕਾ ਜਾ, ਰਾਜੇ ਨੂੰ ਸਾਹਿਬ ਸੰਤ ਜੀ ਹੱਠ ਜੋਗ ਕਹਿੰਦਾ ਸੀ, ਇਹ ਵੀ ਮੈਨੂੰ ਸਮਝਾਓ ਦੇਣ ਵਾਸਤੇ, ਪ੍ਰਾਣ ਸੰਗਲੀ ਗ੍ਰੰਥੀ ਸੋ ਸਾਜਾ, ਇੱਕ ਪ੍ਰਾਣ ਸੰਗਲੀ ਗ੍ਰੰਥ ਹੈ ਤੇ ਉਹ ਸਾਜਾ ਸਾਹਿਬ ਸੰਤ ਜੀ ਬਣਾਉਣਾ ਕੀਤਾ, ਜਿਸ ਦੇ ਅੰਦਰ ਸੁਣ ਅਵਸਥਾ ਦੀ ਕਥਾ ਲਿਖੀ ਹੋਈ ਹੈ, 113 ਧਿਆਏ ਬਖਾਨੇ, 100 ਸਾਲ ਸੰਤ ਜੀ 13 ਉਸ ਦੇ ਧਿਆ ਹਨ ਕਹੀ ਦੇ, ਪਰ ਜੋਗ ਦੀ ਕਲਾ ਸਮਝਾਨੇ, ਜਿਸ ਨੂੰ ਪੜ੍ਹ ਕੇ ਤੇ ਜੋਗ ਦੀ ਕਲਾ ਜਿਹੜੀ ਜੋਤੀ ਹੈ ਤੇ ਉਹ ਸਾਰੀ ਜਾਣ ਲੈਂਦਾ, ਇਸ ਦੀਆਂ ਪੰਕਤੀਆਂ ਕਾਫੀ ਨੇ, ਇੱਕ ਦੋ ਮੈਂ ਤੁਹਾਨੂੰ ਸੁਣਾ ਦਿੰਦਾ, ਉਨਮਨ ਸੁਨ ਸੁਨ ਸਭ ਕਹੀਏ, ਉਨਮਨ ਹਰ ਸੋਲ ਨਹੀਂ ਰਹੀ ਹੈ, ਉਨਮਨ ਆਸ ਅੰਦੇਸਾ ਨਹੀਂ ਵਿਆਪਤ, ਉਨਮਨ ਵਰਨ ਚਿਹਨ ਨਹੀਂ ਜਾਪਤ, ਇਸ ਵਾਸਤੇ ਉਨਮਨੀ ਅਵਸਥਾ ਦੇ ਅੰਦਰ ਕਥਨ ਹੈ, ਤੇ ਉਨਮਨੀ ਅਵਸਥਾ ਉਹ ਹੈ ਤੇ ਜਿੱਥੇ ਤੇ ਕੇਵਲ ਸੁਨ ਹੀ ਸੁਨ ਹੈ, ਜਿੱਥੇ ਜਾ ਕੇ ਸਾਰੇ ਸੰਕਲਪ ਮੁੱਕ ਜਾਂਦੇ ਆ, ਕੋਈ ਫੁਰਨਾ ਨਹੀਂ ਰਹਿੰਦਾ ਹੈ, ਇਸ ਵਾਸਤੇ ਉਹਨੂੰ ਕਹਿੰਦੇ ਆ, ਜਿੱਥੇ ਖੁਸ਼ੀ ਤੇ ਸੋਗ ਨਹੀਂ ਰਹਿੰਦਾ, ਜਿੱਥੇ ਆਸਾ ਤੇ ਸੰਸਾ ਨਹੀਂ ਰਹਿੰਦੇ, ਤੇ ਜਿੱਥੇ ਸਾਧ ਸੰਗ ਜੀ ਵਰਨ ਚਿਹਨ ਕੋਈ ਵੀ ਸਾਧ ਸੰਗ ਜੀ ਚੀਜ਼ ਨਹੀਂ ਹੈ, ਤੇ ਉਹਨੂੰ ਸਾਧ ਸੰਗ ਜੀ ਸੁਣ ਅਵਸਥਾ ਕਹਿੰਦੇ, ਇਹ ਉਸ ਗ੍ਰੰਥ ਵਿੱਚ ਸੁਣ ਅਵਸਥਾ ਦੀ ਸਾਰੀ ਕਥਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਵਰਣਨ ਕੀਤੀ ਹੈ, ਇਸ ਨੂੰ ਪੜ੍ਹ ਕੇ ਯੋਗ ਦੀ ਕਲਾ ਜਿਹੜੀ ਹੈ ਤੇ ਜੁਗਤੀ ਉਹਨੂੰ ਤੇ ਸਮਝ ਲੈਂਦਾ, ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਮੰਗਾਈ ਸੀ ਸਿੱਖ ਦੇ ਪਾਸੋਂ ਉੱਥੋਂ, ਪਰ ਸਤਿਗੁਰੂ ਨੇ ਉਸਨੂੰ ਪ੍ਰਵਾਨ ਨਹੀਂ ਕੀਤਾ ਸੀ, ਇਹਦੇ ਅੰਦਰ ਬ੍ਰਹਮ ਦੀ ਕੋਈ ਗੱਲ ਨਹੀਂ ਹੈ, ਕੇਵਲ ਸਰੀਰ ਦੀ ਗੱਲ ਲਿਖੀ ਹੋਈ ਹੈ, ਪ੍ਰਾਣ ਸੰਗਲੀ ਤੇ ਸਤਿਗੁਰਾਂ ਨੇ ਰਾਜੇ ਨੂੰ ਸੌਂਪ ਦਿੱਤੇ, ਦੇਵੀ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਪ੍ਰਕਾਸ਼ ਹੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਬੋਲੇ, ਕਹਿੰਦੇ ਜਦੋਂ ਕੋਈ ਸਾਡਾ ਸਿੱਖ ਤੇਰੇ ਦੇਸ਼ ਵਿੱਚ ਆਵੇਗਾ, ਤੂੰ ਪੈ ਦਿਓ ਨਰੇਸ਼ੂ, ਤੇ ਜਦੋਂ ਇਹ ਪ੍ਰਾਣ ਸੰਗਲੀ ਮੰਗੇ ਤੇ ਤੂੰ ਹੇ ਰਾਜਾ ਉਸਨੂੰ ਦੇ ਦੇਵੇਂ, ਨਿਰੰਕਾਰ ਕੋਣ ਕੀਨ ਬਸੇਰਾ, ਨਿਰੰਕਾਰ ਸਾਧ ਸੰਗ ਜੀ ਵਾਸਾ ਕੀਤਾ ਸਤਿਗੁਰਾਂ ਨੇ, ਉਸ ਦੇਸ਼ ਨਹਾਰ ਕਨੇਰਾ, ਦੇਸ਼ ਦਾ ਸਾਰਾ ਇਲਾਕਾ ਜਿਹੜਾ ਸੀ ਬਹੁਤ ਹੀ
ਸਿੱਖੀ ਲੈ ਕੇ ਨਿਹਾਲ ਹੋ ਗਿਆ। ਭਗਤ ਜੋਗ ਹਠ ਜੋਗ ਜਦੋਂ ਇਹ ਭਗਤੀ ਕਰਦਿਆਂ ਜੁੜਨਾ ਤੇ ਹਠ ਕਰਦਿਆਂ ਜੁੜਨਾ ਜਿਹੜੇ ਦੋਵੇਂ ਰਸਤੇ ਸੀ, ਇਹ ਪ੍ਰਪਗ ਭੂਪ ਮਨ ਸੋ ਤੇ ਰਾਜੇ ਸ਼ਿਵਨਾਥ ਨੇ ਚੰਗੀ ਤਰ੍ਹਾਂ ਇਹ ਪੱਕੇ ਕਰ ਲਏ ਆਪਣੇ ਮਨ ਵਿੱਚ। ਸਿੱਖੀ ਪ੍ਰਗਟੀ ਦੇਸ਼ ਮਝਾਰੇ, ਸਾਰੇ ਦੇਸ਼ ਦੇ ਅੰਦਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਗਟ ਹੋ ਗਈ। ਸਤਿਗੁਰੂ ਕੋ ਸੁਜਾਪ ਵਿਚਾਰੇ, ਸਤਿਗੁਰੂ ਮਹਾਰਾਜ ਜੀ ਦੇ ਮੂਲ ਮੰਤਰ ਗੁਰਮੰਤਰ ਦਾ ਜਾਪ ਉਚਾਰਦੇ ਆ। ਆਸ਼ਵ ਨਾਮ ਅਦਭੁਤ ਪ੍ਰਤਾਪਾ, ਸ਼ਿਵ ਨਾਮ ਰਾਜੇ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬਹੁਤ ਵੱਡਾ ਪ੍ਰਤਾਪ ਹੋ ਗਿਆ। ਕਰ ਸਭ ਸਤਰਨ ਕੋ ਖਾਪਾ, ਤੇ ਕੇਵਲ ਸਾਧ ਸੰਗਤ ਜੀ ਸੰਤ ਹੀ ਨਹੀਂ ਬਣਿਆ, ਸੂਰਮਾ ਵੀ ਬਣਿਆ, ਜਿਹੜੇ ਆਪਣੇ ਵਿਰੋਧੀ ਸੀ ਨਾ, ਤੇ ਇਸ ਵਾਸਤੇ ਸਾਰੇ ਉਹ ਜਿੱਤ ਲੈ ਨੇ ਚੜ ਕੇ ਇਸ ਨੇ। ਸਰਵਸਾਲ ਮੈਂ ਦੇਖ ਮਸਾਲਾ, ਤੇ ਜੋ ਧਰਮਸ਼ਾਲਾ ਬਣਾਈ ਉਹਦੇ ਵਿੱਚ ਬਹੁਤ ਭਾਰੀ ਲੰਗਰ ਚੱਲਦਾ ਹੈ। ਕਰਵਾਵੇ ਸਤਿਗੁਰੂ ਕਿਰਪਾਲਾ, ਸਤਿਗੁਰੂ ਮਹਾਰਾਜ ਜੀ ਲੰਗਰ ਕਰਵਾਉਂਦੇ ਹਨ। ਮਨ ਇਕੀਸ ਜਹਿ ਲਾਉਣ ਮਲਾਏ, ਇਸ ਵਾਸਤੇ ਤੇ ਜਿੱਥੇ ਸਾਧ ਸੰਗਤ ਜੀ ਇੱਕੀ ਮਨ ਲੂਣ ਜਿਹੜਾ ਹੈ ਤੇ ਲੰਗਰ ਵਿੱਚ ਮਿਲਦਾ ਹੈ, ਪਰ ਮਨ ਦੀ ਜਿਹੜੀ ਗਿਣਤੀ ਉਹ ਕਈਆਂ ਢੰਗਾਂ ਨਾਲ ਇੱਥੇ ਕੀਤੀ ਗਈ ਹੈ। ਇਸ ਵਾਸਤੇ ਫਾਰਸੀ ਦੇ ਜਿਹੜੇ ਕੋਚ ਆ ਨਾ, ਉਹਦੇ ਚ ਮਨ ਜਿਹੜਾ ਉਹਦਾ ਅਰਥ ਸੇਰ ਲਿਖਿਆ ਹੋਇਆ ਹੈ, ਤੇ ਸਾਰਾ ਇੱਕੀ ਸੇਰ ਲੂਣ ਹੋਇਆ ਤੇ ਅੱਠ ਮਾਣ ਦਾਲ ਦੇ ਵਿੱਚ, ਤੇ ਇੰਨਾ ਲੂਣ ਸਾਧ ਸੰਗਤ ਜੀ ਤੇ ਉਹ ਸਮਾ ਜਾਂਦਾ ਹੈ, ਤੇ ਇੱਕ ਮਾਣ 400 ਬੰਦਾ ਜਿਹੜਾ ਤੇ ਉਹਦੀ ਗਿਣਤੀ ਕੀਤੀ ਗਈ ਹੈ, ਤੇ 4 8 3200, ਇੱਕ ਡੰਗ ਵਿੱਚ 1600 ਬੰਦਾ, ਦੋਹਾਂ 'ਚ 3200 ਬੰਦਾ, ਤੇ ਇੰਨੇ ਸਾਧ ਸੰਗਤ ਜੀ ਸਾਰੇ ਵਿਚਾਰ ਬਣਦੇ ਆ, ਤੇ ਮਨ ਦਾ ਅਰਥ ਇੱਥੇ ਸੇਰ ਕੀਤਾ ਗਿਆ। ਪਰ ਜਿਸ ਵੇਲੇ ਪਹਿਲੀ ਕਾਰ ਸੇਵਾ ਹੋਈ ਸੀ, ਸ਼ਾਇਦ 1923 ਦੇ ਅੰਦਰ ਹੋਈ ਸੀ, ਉਸ ਵੇਲੇ 18 ਮਣ ਲੂਣ ਸਾਧ ਸੰਗਤ ਜੀ ਲੱਗਾ ਸੀ ਅੰਮ੍ਰਿਤਸਰ ਦੇ ਲੰਗਰ ਵਿੱਚ, ਔਰ ਮਿੰਟੀ ਦਾ ਇਤਨੀ ਸੰਗਤ ਜਿਹੜੀ ਸੀ ਜੁੜੀ ਹੋਈ ਸੀ, ਹਜ਼ਾਰਾਂ ਤੋਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ, ਤੇ ਉਸ ਵੇਲੇ ਦਾ ਰਿਕਾਰਡ ਹੈ। ਤੇ ਔਰ ਸਾਧ ਸੰਗਤ ਜੀ ਤੇ ਇੰਨਾ ਲੂਣ ਜਿਹੜਾ ਸੀ ਲੱਗਦਾ ਸੀ, ਭਾਰਤੀ ਇਲਾਕੇ ਚ ਬਹੁਤ ਸਾਰੀ ਸਿੱਖੀ ਪ੍ਰਗਟ ਹੋਵੇ, ਹੋਏ ਸਭ ਖਾਏ, ਇੰਨਾ ਸਾਧ ਸੰਗਤ ਜੀ ਭੋਜਨ ਬਣਦਾ ਤੇ ਸਾਰੇ ਉਸ ਭੋਜਨ ਨੂੰ ਛਕਦੇ ਆ। ਕੀਰਤਨ ਸਤਨਾਮ ਕੋ ਹੋਵੇ, ਤੇ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਜਸ ਹੁੰਦਾ ਹੈ। ਜੋ ਬਹੁ ਜਨਮਨ ਕਲਮਨ ਖੋਵੇ, ਤੇ ਜੋ ਕੀਰਤਨ ਸਾਧ ਸੰਗਤ ਜੀ ਸਾਰੇ ਜੰਮਣ ਤੇ ਮਰਨਾ ਨੂੰ ਕੱਟਣ ਵਾਲਾ ਹੈ। ਜਿੰਦਾ ਚਰਨ ਚੈਤ ਜਗਤੇ ਸਾ, ਗੁਰੂ ਮਹਾਰਾਜ ਜੀ ਦਿਨ ਪਰਤੀ ਚੱਲਣ ਵਾਸਤੇ ਚਾਹੁੰਦੇ ਹਨ। ਨਰੇ ਭਾਉ ਬਹੁ ਰੱਖੇ ਨਰੇ ਸਾ, ਤੇ ਬੜਾ ਪ੍ਰੇਮ ਕਰ ਕਰਕੇ ਰਾਜਾ ਸਤਿਗੁਰੂ ਮਹਾਰਾਜ ਜੀ ਨੂੰ ਰੱਖਦਾ ਹੈ। ਪ੍ਰਪੱਕ ਸਿੱਖੀ ਕੀ ਰੀਤਾ, ਇਸ ਤਰ੍ਹਾਂ ਸਿੱਖੀ ਦੀ ਜਿਹੜੀ ਰੀਤ ਮਰਜ਼ਾਦਾ ਸੀ ਸਤਿਗੁਰਾਂ ਨੇ ਪੱਕੀ ਕਰਵਾ ਦਿੱਤੀ। ਵਧੇ ਭਜਨ ਮੈਂ ਪ੍ਰੀਤਾ, ਨਿਰ ਪਰਤੀ ਨਿਦਾ ਪਰਤੀ ਸੰਗਤਾਂ ਦੀ ਪ੍ਰੀਤੀ ਵਾਹਿਗੁਰੂ ਦੇ ਭਜਨ ਦੇ ਵਿੱਚ ਵੱਧਦੀ ਹੈ। ਮੇਰੇ ਗਿਆਨ ਮੈਂ ਪੂਰਨ ਰਾਉ, ਇਸ ਤਰ੍ਹਾਂ ਰਾਜੇ ਨੂੰ ਸਾਧ ਸੰਗਤ ਜੀ ਗਿਆਨ ਦੇ ਚੈਨ ਪੂਰਾ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਣਾ ਦਿੱਤਾ। ਗੁਰੂ ਨਾਨਕ ਜੀ ਦਿਆਲੂ ਸੁਭਾਉ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਿਆਲਤਾ ਵਾਲਾ ਸੁਭਾਅ ਹੈ। ਮੋਰੋ ਮੰਜੀ ਪਰ ਬੈ ਸਾਰਾ, ਫਿਰ ਸਾਧ ਸੰਗਤ ਜੀ ਇਸ ਨੂੰ ਮੰਜੀ ਦੇ ਉੱਤੇ ਬਿਠਾਉਣਾ ਕੀਤਾ। ਜੋ ਪੂਜ ਤੇ ਦੇਸ਼ ਮਝਾਰਾ, ਸਾਰੇ ਇਲਾਕੇ ਦੇ ਅੰਦਰ ਇਸ ਨੂੰ ਪੂਜ ਕਰ ਦਿੱਤਾ ਹੈ। ਮੰਜੀ ਸਾਧ ਸੰਗਤ ਜੀ ਇਹ ਗੁਰਤਾ ਗੱਦੀ ਨਹੀਂ ਹੈ, ਇਹ ਵੀ ਸਮਝਣ ਵਾਲੀ ਗੱਲ ਹੈ। ਮੰਜੀ ਦਾ ਭਾਵ ਹੈ ਗੁਰੂ ਨਾਨਕ ਤੇ ਤੁਲ ਗੁਰਤਾ ਦਾ ਨਹੀਂ, ਪਰ ਸਾਧ ਸੰਗਤ ਵਿੱਚ ਗੁਰਮੁਖ ਪਦਵੀ ਹੈ, ਮੰਜੀ ਗੁਰਮੁਖ ਪਦਵੀ ਦਿੱਤੀ ਜਾਂਦੀ, ਤੇ ਉਹਦਾ ਅਰਥ ਕੀ ਹੈ, ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ, ਨਾਮ ਜਪਾਉਣ ਦਾ ਅਧਿਕਾਰ ਸਿੱਖ ਨੂੰ ਦਿੱਤਾ ਗਿਆ ਹੈ, ਤੇ ਇਸ ਵਾਸਤੇ ਜੋ ਆਪ ਜਪੈ ਅਵਰੈ ਨਾਮ ਜਪਾਵੈ, ਤੇ ਉਹਦਾ ਸਤਿਕਾਰ ਵੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੇ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਕ ਸਾਧ ਸੰਗਤ ਜੀ ਅਧਿਕਾਰ ਦਿੱਤਾ ਹੈ ਸਿੱਖ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ, ਪਰ ਗੁਰੂ ਦੀ ਤੁਲਤਾ ਨਹੀਂ ਹੈ, ਬ੍ਰਹਮ ਗਿਆਨੀ ਬਣਾ ਕੇ ਤੇ ਇਲਾਕੇ ਚ ਉਹਨੂੰ ਪ੍ਰਚਾਰ ਕਰਨ ਵਾਸਤੇ ਇੱਕ ਪਦਵੀ ਦਿੱਤੀ ਗਈ, ਤੂੰ ਆਪ ਵੀ ਜਪ ਤੇ ਹੋਰਨਾਂ ਨੂੰ ਵੀ ਨਾਮ ਜਪਾਉਣਾ ਕਰ। ਆਪ ਗਵਨ ਕੀ ਕੀਨੀ ਤਿਆਰੀ, ਗੁਰੂ ਨਾਨਕ ਸਾਹਿਬ ਨੇ ਆਪ ਇੱਥੋਂ ਚੱਲਣ ਦੀ ਤਿਆਰੀ ਕਰ ਲਈ। ਇਤਨਾ ਬਿਛੜਿਓ ਨਿਰਭੂ ਬ੍ਰਿਹ ਭਾਰੀ, ਤੇ ਰਾਜਾ ਸਾਹਿਬ ਸੰਗਤ ਜੀ ਵਿਛੜਨਾ ਨਹੀਂ ਚਾਹੁੰਦਾ ਤੇ ਬਹੁਤ ਹੀ ਭਾਰੀ ਵਿਛੋੜਾ ਮੰਨਦਾ ਹੈ। ਕਮਲ ਬਦਨ ਪੁਨ ਬਚਨ ਬਖਾਨੇ, ਕਮਲ ਸਰੀਕੇ ਚਿਹਰੇ ਵਾਲੇ ਗੁਰੂ ਨਾਨਕ ਸਾਹਿਬ ਨੇ ਫਿਰ ਬਚਨ ਆਖੇ, ਸੁਣ ਰਾਜਨ ਕੋ ਪਰਮ ਸਿਆਣੇ, ਹੇ ਰਾਜਾ ਤੂੰ ਬਹੁਤ ਹੀ ਸਿਆਣਾ ਹੈ, ਅਬ ਤੂੰ ਅਬ ਤੁਝ ਪੂਰਨ ਭਇਓ ਵਿਵੇਕਾ, ਤੇ ਹੁਣ ਤੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਪੂਰਨ ਗਿਆਨ ਹੋ ਗਿਆ ਹੈ। ਕਰਨੇ ਹੈ
ਮਹਾਰਾਜ ਅਨੇਕਾਂ ਤੇ ਮਹਾਰਾਜ ਕਹਿੰਦੇ ਅਸੀਂ ਭਾਈ ਅਨੇਕਾਂ ਤਰ੍ਹਾਂ ਦੇ ਕੰਮ ਕਰਨੇ ਹਨ ਕਰੋ ਧਿਆਨ ਮੈਂ ਸਦਾ ਸਮੀਪਾ ਬਸ ਇੱਥੇ ਬੈਠ ਕੇ ਧਿਆਨ ਧਰ ਅਸੀਂ ਹਮੇਸ਼ਾ ਵਾਸਤੇ ਤੇਰੇ ਨੇੜੇ ਹਾਂ ਸੁਣ ਗਲਗਤ ਭਾਵ ਨਿਪਾ ਇਸ ਤਰ੍ਹਾਂ ਸੁਣ ਕੇ ਉਪਦੇਸ਼ ਧਿਆਨ ਗਦਗਦ ਸਾਧ ਸੰਧੀ ਹੋ ਗਿਆ ਰਾਜਾ ਹਰ ਪ੍ਰਕਾਰ ਦੀਨ ਤੇ ਧੀਰਾ ਸਾਰੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਸ ਨੂੰ ਹੌਸਲਾ ਦਿੱਤਾ ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਫਿਰ ਅੱਗੇ ਚੱਲ ਪਏ ਨੇ ਮਹਾਰਾਜ ਕਹਿੰਦੇ ਇੱਥੇ ਧਿਆਨ ਧਾਰ ਤੇਰੇ ਨੇੜੇ ਹਨ ਗੁਰੂ ਕੋਈ ਦੂਰ ਨਹੀਂ ਹੈ ਸਾਧ ਸੰਗਤ ਜੀ ਗੁਰੂ ਕੀ ਸ਼ਬਦ ਹੈ ਧਿਆਨ ਸਿੱਖ ਹੈ ਇਸ ਵਾਸਤੇ ਜਿਵੇਂ ਜਿਵੇਂ ਸਾਧ ਸੰਗਤ ਜੀ ਸਾਡਾ ਧਿਆਨ ਸ਼ਬਦ ਦੇ ਨੇੜੇ ਜਾਂਦਾ ਉਵੇਂ ਉਵੇਂ ਸਿੱਖ ਗੁਰੂ ਦੇ ਨੇੜੇ ਚਲੇ ਜਾਂਦਾ ਹੈ ਤੇ ਜਿਸ ਵੇਲੇ ਸਿੱਖ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਚਲੇ ਗਿਆ ਉਸ ਵੇਲੇ ਸਿੱਖ ਗੁਰੂ ਦੇ ਅੰਦਰ ਮਿਲ ਗਿਆ ਤੇ ਇਸ ਵਾਸਤੇ ਗੁਰੂ ਕੋਈ ਦੂਰ ਨਹੀਂ ਹੈ ਤੇ ਨੇੜਤਾ ਸਾਨੂੰ ਬਣਾਉਣੀ ਪਵੇਗੀ ਇਉਂ ਚਰਨਾ ਉਹਨੂੰ ਤੇ ਲੰਕਾ ਦੇ ਅੰਦਰ ਇਹ 57 ਨਗਰ ਇਸ ਦੀ ਕੈਪੀਟਲ ਰਾਜਧਾਨੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਸੀ ਇਹਨੂੰ ਨਿਹਾਲ ਕੀਤਾ ਉਹ ਉਪਦੇਸ਼ ਆਪਾਂ ਵੀ ਸਰਵਣ ਕੀਤਾ ਹੈ ਗੁਰੂ ਮਿਹਰ ਬਖਸ਼ਿਸ਼ ਕਰੇ ਇਹ ਉਪਦੇਸ਼ ਅਸੀਂ ਵੀ ਆਪਣੇ ਮਨ ਤਨ ਦੇ ਅੰਦਰ ਵਸਾਈਏ ਤਾਂ ਕਿ ਅਸੀਂ ਵੀ ਲੋਕ ਸੁਖੀ ਪਰਲੋਕ ਸੁਹੇਲੇ ਵਾਲਾ ਜੀਵਨ ਬਣਾ ਸਕੀਏ ਭੁੱਲ ਚੁੱਕ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ